ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਜਦੋਂ ਪਿੰਡਾਂ ਵਿੱਚ ਕੋਈ ਚੋਣਾਂ ਹੁੰਦੀਆਂ ਤਾਂ ਬਹੁਤ ਕੁਛ ਉੱਥੇ ਕਿਹਾ ਜਾਂਦਾ ਹੈਗਾ ਕਿ ਤੁਹਾਡੇ ਆਹ ਕੰਮ ਕਰਾਂਗੇ, ਤੁਹਾਡੇ ਉਹ ਕਰਾਂਗੇ, ਤੁਹਾਡੇ ਆਹ ਕਰਾਂਗੇ ਅਤੇ ਤੁਹਾਡੇ ਆਹ ਨਹੀਂ ਹੋ ਸਕਦੇ ਜਾਂ ਇਹਨਾਂ ਨੇ ਨਹੀਂ ਕੀਤੇ, ਇਲਜ਼ਾਮ ਤਰਾਸ਼ੀਆਂ ਹੁੰਦੀਆਂ। ਪਰ ਇਸ ਤੋਂ ਅੱਗੇ ਕੀ ਹੁੰਦਾ, ਇਸ ਤੋਂ ਅੱਗੇ ਜੋ ਹੁੰਦਾ ਉਸ 'ਤੇ ਅਸੀਂ ਸਵਾਲ ਕਰਨਾ ਹੈਗਾ ਕਿ ਪੇਂਡੂ ਚੋਣਾਂ ਜਦੋਂ ਵੀ ਹੁੰਦੀਆਂ, ਇਸ ਸਾਡੇ ਐਕਟ ਦੇ ਮੁਤਾਬਕ ਜਿਹੜੀਆਂ ਵੀ ਚੋਣਾਂ ਹੁੰਦੀਆਂ ਉਸ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਜਾਂ ਕਿਹੜੇ ਦਾਅਵੇ ਆ ਜ਼ਮੀਨ 'ਤੇ ਉਤਰਦੇ ਹੈਗੇ ਆ, ਇਸ ਤੋਂ ਅੱਗੇ ਜਾ ਕੇ ਨਵਾਂ ਕੀ ਹੁੰਦਾ। ਹਰ ਵਾਰ ਜੋ ਚੋਣ ਹੁੰਦੀ ਹੈ ਉਹਦੇ ਵਿੱਚ ਕੁਛ ਨਾ ਕੁਛ ਨਵਾਂ ਹੁੰਦਾ, ਪਰ ਸਾਡਾ ਸਵਾਲ ਇੱਕੋ ਹੀ ਹੈ, ਇਸ ਵਾਰ ਦੀਆਂ ਚੋਣਾਂ ਵਿੱਚ ਨਵਾਂ ਕੀ ਹੋਇਆ ਅਤੇ ਇਹ ਜਿਹੜਾ ਨਵਾਂਪਨ ਹੈਗਾ ਕੀ ਉਹ ਪੰਚਾਇਤੀ ਚੋਣਾਂ ਦਾ ਜਿਹੜਾ ਵਜੂਦ ਹੈਗਾ, ਬਲਾਕ ਸੰਮਤੀ ਚੋਣਾਂ ਦਾ ਵਜੂਦ ਹੈਗਾ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਵਜੂਦ ਹੈਗਾ, ਉਹ ਸਾਰੇ ਪੰਚਾਇਤੀ ਰਾਜ ਸਿਸਟਮ ਨੂੰ ਕੁਛ ਨਵਾਂ ਦੇ ਸਕੇਗਾ, ਇਸ ਸਵਾਲ 'ਤੇ ਚਰਚਾ ਕਰਨੀ ਹੈ। ਪੇਂਡੂ ਚੋਣਾਂ 'ਚ ਨਵਾਂ ਕੀ? ਸੱਤਾ ਬੜੇ ਸਵਾਲ ਕਰਦੀ ਹੈ ਅਤੇ ਉਸ ਸੱਤਾ ਦੇ ਸਾਹਮਣੇ ਅਸੀਂ 7 ਸਵਾਲ ਰੱਖ ਰਹੇ ਹਾਂ ਅਤੇ ਉਹਨਾਂ ਸਾਰੇ 7 ਸਵਾਲਾਂ 'ਤੇ ਜਵਾਬ ਅਸੀਂ ਇਸ ਪੈਨਲ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪੈਨਲ ਸਾਡੇ ਨਾਲ ਇੱਥੇ ਮੌਜੂਦ ਹੋਵੇਗਾ। 7 ਸਵਾਲ ਕਿਹੜੇ? ਪਹਿਲਾਂ ਤੁਹਾਨੂੰ ਸਵਾਲ ਦੱਸਦੀ ਹੈ, ਇਹਨਾਂ ਸਵਾਲਾਂ 'ਤੇ ਹੀ ਕੇਂਦਰ ਸਾਡੀ ਬਹਿਸ ਰਹੇਗੀ। ਚੋਣਾਂ ਵਿੱਚ ਪਿੰਡਾਂ ਦੇ ਮੁੱਦਿਆਂ 'ਤੇ ਕਿੰਨੀ ਚਰਚਾ ਹੋਈ, ਪਹਿਲਾ ਸਵਾਲ ਅਸੀਂ ਇਹ ਕਰਾਂਗੇ। ਦੂਜਾ ਸਵਾਲ ਅਸੀਂ ਇਹ ਪੁੱਛਾਂਗੇ, ਧਾਰਮਿਕ ਮੁੱਦਿਆਂ 'ਤੇ ਪੱਖੀ ਸਿਆਸਤ ਨੇ ਕੀ ਅਸਰ ਵਿਖਾਇਆ, ਕਿਉਂਕਿ ਸਭ ਕੁਝ ਇਹਦੇ ਇਰਦ ਗਿਰਦ ਹੀ ਘੁੰਮਦਾ ਹੋਇਆ ਨਜ਼ਰ ਆਇਆ। ਤੀਜਾ ਸਵਾਲ ਅਸੀਂ ਕਰਾਂਗੇ, ਸਿਆਸੀ ਧਿਰਾਂ ਦਾ ਬਾਈਕਾਟ ਕਰਨ ਵਾਲੇ ਪਿੰਡਾਂ ਦਾ ਮੰਤਵ ਕੀ ਹੈ। ਚੌਥਾ ਸਵਾਲ ਅਸੀਂ ਇਹ ਪੁੱਛਾਂਗੇ, ਔਰਤਾਂ ਨੂੰ 50% ਰਾਖਵੇਂ ਕਰਨ ਦਾ ਦਾਅਵਾ ਕਿੰਨਾ ਅਸਰਦਾਰ ਹੈ। ਪੰਜਵਾਂ ਸਵਾਲ ਅਸੀਂ ਇਹ ਪੁੱਛਾਂਗੇ, ਜ਼ਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸਮਿਤੀ ਚੋਣਾਂ 'ਚ ਨੋਟਾ ਕਿੰਨਾ ਚੱਲੇਗਾ। ਛੇਵਾਂ ਸਵਾਲ ਅਸੀਂ ਇਹ ਪੁੱਛਾਂਗੇ, ਸੂਬੇ ਦੇ ਸਮਾਜਿਕ ਆਰਥਿਕ ਸੰਕਟ ਦੇ ਹੱਲ ਲਈ ਚੋਣਾਂ ਜ਼ਰੀਏ ਕੀ ਲੱਭੇਗਾ, ਕੀ ਇਸ ਲਈ ਕੋਈ ਕੋਸ਼ਿਸ਼ ਹੋਈ? ਇਸ ਸਵਾਲ 'ਤੇ ਵੀ ਬਹਿਸ ਬਣਦੀ ਹੈਗੀ ਹੈ। ਅਤੇ ਸਭ ਤੋਂ ਵੱਡਾ ਸਵਾਲ, 7ਵਾਂ ਸਵਾਲ ਅਸੀਂ ਇਹ ਪੁੱਛਾਂਗੇ, ਪਿੰਡਾਂ ਤੋਂ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਵੱਡੇ ਲੀਡਰਾਂ ਨੂੰ ਪਿੰਡਾਂ ਦੀ ਕਿੰਨੀ ਫਿਕਰ ਹੈ ਅਤੇ ਉਹ ਜ਼ਿਕਰ ਕਿੰਨਾ ਕਰਦੇ ਆ ਕਿ ਮੈਂ ਸਰਪੰਚੀ ਤੋਂ ਸ਼ੁਰੂ ਕੀਤਾ ਸੀ, ਮੈਂ ਪੰਚ ਬਣਿਆ ਸੀ, ਉਸ ਤੋਂ ਬਾਅਦ ਮੈਂ ਮੁੱਖ ਮੰਤਰੀ ਵੀ ਬਣ ਗਿਆ, ਮੈਂ ਕੈਬਨਿਟ ਮੰਤਰੀ ਬਣ ਗਿਆ, ਪਰ ਇਹ ਫਿਕਰ ਕਿੰਨਾ ਕਰਦੇ ਆ ਅਤੇ ਜ਼ਿਕਰ ਕਿੰਨਾ ਕਰਦੇ ਆ, ਸਾਰੇ ਸਵਾਲ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਨੂੰ ਤੁਹਾਡਾ ਤਾਰੁਫ ਕਰਾ ਰਿਹਾ। ਹਮੀਰ ਸਿੰਘ ਸੀਨੀਅਰ ਪੱਤਰਕਾਰ ਨੇ, ਪਿੰਡ ਬਚਾਓ ਪੰਜਾਬ ਬਚਾਓ ਜਿਹੜੀ ਇਹਨਾਂ ਨੇ ਸੰਘਰਸ਼ ਵਿੱਢਿਆ ਹੋਇਆ ਉਸ ਦੇ ਅਹਿਮ ਮੈਂਬਰ ਨੇ। ਇਹਨਾਂ ਦੀ ਕਲਮ ਬਹੁਤ ਕੁਛ ਲਿਖਦੀ ਹੈ ਅਤੇ ਆਵਾਜ਼ ਵੀ ਬੁਲੰਦ ਕਰਦੀ ਰਹਿੰਦੀ ਹੈ, ਪਰ ਆਵਾਜ਼ ਕਿਹੜੇ ਕੰਨਾਂ ਤੱਕ ਪਹੁੰਚਦੀ ਹੈ ਅਤੇ ਜਿੱਥੋਂ ਤੱਕ ਪਹੁੰਚਦੀ ਹੈਗੀ ਆ ਕਿ ਉੱਥੇ ਤੱਕ ਅਸਰ ਹੁੰਦਾ, ਹਮੀਰ ਸਿੰਘ ਜੀ ਦੀਆਂ ਗੱਲਾਂ ਦਾ, ਹਮੀਰ ਸਿੰਘ ਜੀ ਦੀਆਂ ਲਿਖਤਾਂ ਦਾ ਅਸਰ ਕਿੱਥੋਂ ਤੱਕ ਹੋਇਆ ਅਤੇ ਇਹ ਸਾਰੀਆਂ ਚੋਣਾਂ ਦੇ ਦੌਰਾਨ ਕਿੰਨਾ ਕੁਛ ਬਦਲਦਾ ਆਇਆ, ਜੋ ਤਿੱਕਰ ਹਮੀਰ ਸਿੰਘ ਜੀ ਇਹਨਾਂ ਚੋਣਾਂ ਵਿੱਚ ਵਿਚਰਦੇ ਰਹੇ, ਇਹਨਾਂ ਬਾਰੇ ਲਿਖਦੇ ਰਹੇ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਅਸੀਂ, ਤੁਸੀਂ ਇਸ ਪੈਨਲ ਦੇ ਵਿੱਚ ਪਹੁੰਚਿਓ। ਗੁਰਪ੍ਰੀਤ ਸਿੰਘ ਸੰਧੂ, ਇਹ ਵੀ ਪਿੰਡਾਂ ਤੋਂ ਨਿਕਲਿਆ ਅਤੇ ਅੱਜ ਕੱਲ੍ਹ ਕਾਂਗਰਸ ਦੇ ਨੁਮਾਇੰਦੇ ਆ। ਗੁਰਪ੍ਰੀਤ ਸਿੰਘ ਸੰਧੂ, ਇਹ ਪਿੰਡਾਂ ਤੋਂ ਨਿਕਲਿਆ ਅਤੇ ਪਿੰਡਾਂ ਦੀ ਫਿਰਨੀਆਂ ਬਾਰੇ ਇਹਨਾਂ ਨੂੰ ਸਾਰਾ ਕੁਛ ਪਤਾ ਹੈਗਾ, ਪਰ ਇਹ ਪਿੰਡਾਂ ਦੀਆਂ ਫਿਰਨੀਆਂ ਜਿਹੜੀਆਂ ਉਹ ਫਿਰਨੀਆਂ ਤੱਕ ਹੀ ਰਹਿ ਜਾਂਦੀਆਂ, ਜਦੋਂ ਸਿਆਸੀ ਲੀਡਰ ਉੱਥੇ ਫਿਰਦੇ ਨਜ਼ਰ ਆਉਂਦੇ ਆ ਪਰ ਕਰਦੇ ਕੁਛ ਨਹੀਂ ਗਏ, ਅਤੇ ਉਹਨਾਂ ਤੋਂ ਸਵਾਲ ਜਵਾਬ ਹੋਣੇ ਲਾਜ਼ਮੀ ਹੈ ਅਤੇ ਗੁਰਪ੍ਰੀਤ ਸੰਧੂ ਪਿੰਡਾਂ ਦੀ ਨਬਜ਼ ਨੂੰ ਸਮਝਦੇ ਹੈ ਕਿ ਗੁਰਪ੍ਰੀਤ ਸੰਧੂ ਤੁਹਾਡਾ ਬਹੁਤ ਸਵਾਗਤ ਹੈ ਅਤੇ ਸਵਾਲ ਤੁਹਾਡੇ ਤੋਂ ਤਿੱਖੇ ਹੋ ਸਕਦੇ ਆ ਕਿਉਂਕਿ ਸੱਤਾ ਧਿਰ ਵਿੱਚੋਂ। ਜਗਤਾਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਨੁਮਾਇੰਦਗੀ ਕਰਦੇ ਆ, ਇਹਨਾਂ ਨੇ ਵੀ ਪਿੰਡਾਂ ਦੀ ਜ਼ਮੀਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹੈ ਕਿ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੁੱਖ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, ਪਰ ਪਿੰਡਾਂ ਦੀ ਫਿਰਨੀਆਂ ਵਿੱਚ ਆਮ ਆਦਮੀ ਪਾਰਟੀ ਦਾ ਵਜੂਦ ਆ ਜਿਹੜਾ ਉਹ ਘੱਟਦਾ ਹੋਇਆ ਨਜ਼ਰ ਆਇਆ, ਅਤੇ ਜਿਵੇਂ ਭਾਈਚਾਰਾ ਸਾਂਝ ਘੱਟਦੀ ਜਾ ਰਹੀ ਉਵੇਂ ਆਮ ਆਦਮੀ ਪਾਰਟੀ ਦਾ ਗ੍ਰਾਫ ਆ ਜਿਹੜਾ ਡਿੱਗਦਾ ਜਾ ਰਿਹਾ, ਇਹ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਗਤਾਰ ਸਿੰਘ ਜਿਹੜਾ, ਕਾਰਨ ਕੀ ਹੈ? ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਏ ਹੋ। ਡਾਕਟਰ ਪਹਿਲਾਗਰ, ਇਹ ਸਮਾਜਿਕ ਕਾਰਕੁਨ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਹੈ, ਇਹ ਵੀ ਪਿੰਡ ਬਚਾਓ ਪੰਜਾਬ ਬਚਾਓ ਜਿਹੜਾ ਸੰਘਰਸ਼ ਹੈਗਾ ਉਹਦੇ ਵਿੱਚ ਸ਼ਾਮਿਲ ਹੈ ਕਿ ਖੁਦ ਪਿੰਡਾਂ ਵਿੱਚ ਗਏ ਹੈਗੇ ਆ, ਉੱਥੇ ਸਰਬਸੰਮਤੀ ਦੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ, ਗ੍ਰਾਮ ਸਭਾ ਦੀ ਗੱਲ ਕੀਤੀ ਹੈਗੀ ਹੈ, ਇਹਨਾਂ ਗੱਲਾਂ ਦਾ ਕੋਈ ਅਸਰ ਹੁੰਦਾ ਜਾਂ ਨਹੀਂ ਹੁੰਦਾ ਗਾ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਤੇ ਇਸ ਅਸਰ ਦੇ ਵਿੱਚ ਅਸਰਦਾਰ ਕਿੰਨਾ ਸਿਆਸਤ ਨੇ ਇਹਨਾਂ ਮੁੱਦਿਆਂ ਨੂੰ ਉਭਾਰਿਆ ਹੈਗਾ। ਡਾਕਟਰ ਪਹਿਲਾਗਰ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਹਮੀਰ ਸਿੰਘ ਜੀ ਤੁਹਾਨੂੰ ਕਰਨਾ ਚਾਹੂੰਗਾ, ਚੋਣਾਂ 'ਚ ਪਿੰਡਾਂ ਦੇ ਮੁੱਦਿਆਂ 'ਤੇ ਕਿੰਨੀ ਚਰਚਾ ਹੋਈ? ਮੈਂ ਸਾਰੇ ਜਿਹੜੇ ਸਵਾਲ ਅਸੀਂ ਦੱਸੇ ਹੈਗੇ ਉਹਨਾਂ ਸਵਾਲਾਂ 'ਤੇ ਕੇਂਦਰਿਤ ਰੱਖਣਾ ਚਾਹੂੰਗਾ ਸਾਰਾ ਕੁਛ। ਹਮੀਰ ਸਿੰਘ, ਇਹਨਾਂ ਚੋਣਾਂ 'ਚ ਜੇ ਕਿਹਾ ਜਾਏ ਤਾਂ ਪਿੰਡਾਂ ਦੇ ਮੁੱਦੇ 99% ਗਾਇਬ ਰਹੇ ਨੇ, ਕੁਝ ਉਹਨਾਂ ਧਿਰਾਂ ਨੇ ਥੋੜ੍ਹੀ ਬਹੁਤ ਗੱਲ ਕੀਤੀ ਹੈ ਜਿਹੜੇ ਮੇਨ ਸਟ੍ਰੀਮ ਦੇ ਵਿੱਚ ਨਹੀਂ ਸੀਗੀ ਇਸ ਮਾਮਲੇ ਦੇ ਵਿੱਚ, ਕਿਉਂਕਿ ਇਸ ਵਾਰ ਦੀਆਂ ਚੋਣਾਂ ਇੱਕ ਇਹੋ ਜਿਹੇ ਮਾਹੌਲ 'ਚ ਹੋਈਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ, ਕੋਟਕਪੂਰਾ, ਵਿਧਾਨ ਸਭਾ ਵੀ ਉਹਦੇ 'ਤੇ ਰਹੀ, ਬਾਕੀ ਵੀ ਉਹਦੇ 'ਤੇ ਰਹੀ, ਔਰ ਉਸ ਦੇ ਵਿੱਚ ਹੀ ਉਲਝ ਕੇ ਸਾਰਾ ਕੁਝ ਰਹਿ ਗਿਆ। ਜਦੋਂ ਪੋਲੀਟੀਕਲ ਪਾਰਟੀਆਂ ਵੱਡੀਆਂ ਰੈਲੀਆਂ ਕਰਕੇ ਇੱਕ ਦੂਜੇ ਨੂੰ ਤਾਨੇ ਮਿਹਣੇ ਮਾਰ ਰਹੀਆਂ ਹੋਣ ਅਤੇ ਇਹਨੂੰ ਅੰਦਰ ਕਰਨਾ, ਇਹਨੂੰ ਬਾਹਰ ਕਰਨਾ, ਇਸ ਮੁੱਦੇ 'ਤੇ ਆਹ ਹੋਣਾ ਚਾਹੀਦਾ, ਤਾਂ ਜਿਹੜੇ ਪੇਂਡੂ ਮੁੱਦੇ ਨੇ, ਪਿੰਡ ਦੇ ਮੁੱਦਾ ਕੀ ਹੈ? ਪਿੰਡ ਦਾ ਮੁੱਦਾ ਕਿ ਪਿੰਡ ਨਾਲ ਜੁੜਿਆ ਕਿਸਾਨ ਅਤੇ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਹੇ ਹੈ। ਪਿੰਡ ਦਾ ਮੁੱਦਾ ਕਿ ਪਿੰਡ ਦਾ ਨੌਜਵਾਨ ਜਿਹੜਾ ਉਹ ਜਾਂ ਤਾਂ ਵਿਦੇਸ਼ ਦੌੜ ਜਾਣਾ ਚਾਹੁੰਦਾ, ਜਾਂ ਉਹ ਬਿਲਕੁਲ ਚਿੱਟੇ ਦੇ ਓਵਰਡੋਜ਼ ਦੇ ਕਰ
खेत मजदूर ने जां आम मजदूर ने जिहड़े फिजिकल लेबर करना चाहुंदे ने, कहिंदे मनरेगा जां काम नहीं मिलिया ते जां दिहाड़ी नहीं मिल रही ते अगे तो किवें करोगे तुसीं, किहड़ी संस्था तुसीं इह करोगे। इह सारे दे सारे मुद्दे मैं इस करके कह रहा गायब ने। जे अज भी कोई शर्त रखे भी पोलीटिकल पार्टी इदों बाद भी कहेगी, जे उन्होंने यदि ए बी सी आउंदी होएगी उदों बाद के कानून की है मनरेगा दा, पंचायत एक्ट की है उहदे तहत जिहड़े 29 डिपार्टमेंट मिलने सी पिंडां दीआं पंचायतां नूं उह हुण तक मिले क्यों नहीं, ਜਿਹੜੇ ਉਹਦੇ ਵਿੱਤੀ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰ ਨੇ ਉਹਨਾਂ ਦਾ ਹੋਇਆ ਕੀ, ਜਾਂ ਜਿੰਨੇ ਬੰਦੇ ਚੋਣਾਂ 'ਚ ਖੜੇ ਨੇ ਵੱਖ ਵੱਖ ਪਾਰਟੀਆਂ ਦੇ, ਉਹਨਾਂ ਪਾਰਟੀਆਂ ਦੇ ਬੰਦੇ ਬਲਾਕ ਸੰਮਤੀ 'ਚ ਜਾ ਕੇ ਜ਼ਿਲ੍ਹਾ ਪ੍ਰੀਸ਼ਦ ਜਾ ਕੇ ਅੱਜ ਤੱਕ ਕੀ ਕੀਤਾ ਅਤੇ ਅੱਗੇ ਕੀ ਕਰਨਗੇ, ਕਿਹੜੇ ਅਧਿਕਾਰ ਸੀ ਉਹਨਾਂ ਕੋਲ। ਔਰ ਇਹ ਜੁਮਲੇਬਾਜ਼ੀ ਚੱਲਣ ਲੱਗ ਗਈ ਬਲਕਿ ਕਿ 500 ਰੁਪਈਆ ਇੱਕ ਸਮੋਸਾ ਇੱਕ ਚਾਹ ਦਾ ਕੱਪ, ਇਹਦੇ ਨਾਲ ਬਸ ਬਲਾਕ ਸੰਮਤੀ ਦੇ ਮੈਂਬਰ ਦੀ ਸਾਰੀ ਤਾਕਤ ਅਤੇ ਸਾਰੇ ਅਧਿਕਾਰ ਆ ਜਾਂਦੇ ਨੇ। ਹਾਲਾਂਕਿ ਅੱਜ ਵੀ 29 ਡਿਪਾਰਟਮੈਂਟ ਤੋਂ ਬਿਨਾਂ ਵੀ ਕਈ ਮੁੱਦੇ ਹੈਗੇ ਨੇ, ਕਈ ਅਧਿਕਾਰ ਹੈਗੇ ਨੇ ਜਿਨ੍ਹਾਂ ਦਾ ਇਸਤੇਮਾਲ ਹੋ ਸਕਦਾ। ਚਾਹ ਦੇ ਕੱਪ ਹੁਣ ਕੀ ਹੈ ਕਿ ਦੋ ਹੋ ਗਏ ਆ, ਉਹ ਦੋ ਕਹਿੰਦੇ ਨੇ ਜ਼ਿਲ੍ਹਾ ਪ੍ਰੀਸ਼ਦ 'ਚ ਮਿਲ ਜਾਣਗੇ ਅਤੇ ਬਲਾਕ ਸੰਮਤੀ 'ਚ ਤਾਂ ਹਜੇ ਵੀ ਇੱਕੋ ਹੀ ਹੈ। ਜੇ ਤੁਸੀਂ ਉਹ ਮੈਂਬਰ ਚੋਣ ਤੋਂ ਬਾਅਦ ਵੀ ਕਦੇ ਬਲਾਕ ਹੀ ਪੁੱਛੋਗੇ ਜਦੋਂ ਵੀ ਕਦੇ ਦੁਬਾਰਾ ਡਿਬੇਟ ਹੋਈ, ਬਿਲਕੁਲ ਕਰਾਂਗੇ, ਤਾਂ ਉਸ ਮਾਮਲੇ ਦੇ 'ਚ ਪਤਾ ਲੱਗ ਜੂਗੇ ਕਿ ਉਹਨੂੰ ਹੁਣ ਤੱਕ ਕੀ ਪਤਾ। ਉਹਦਾ ਕਾਰਨ ਇਹ ਹੈ ਕਿਉਂਕਿ ਸਿਆਸੀ ਪਾਰਟੀਆਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਆਪਦੇ ਵਰਕਰਾਂ ਨੂੰ ਸਿਆਸੀ ਤੌਰ 'ਤੇ ਸੂਝਬੂਝ ਨਾਲ ਲੈਸ ਕਰਨਾ, ਤਾਂ ਕਿ ਉਹ ਸੂਝਬੂਝ ਨਾਲ ਲੈਸ ਹੋ ਕੇ ਲੋਕਾਂ ਦੇ ਕੰਮ ਆਉਣ, ਲੋਕ ਸਰੋਕਾਰਾਂ ਨਾਲ ਜੁੜਨ ਤੇ ਪਾਰਟੀ ਦੀ ਭਰੋਸੇਯੋਗਤਾ ਵੀ ਬਣਾਉਣ। ਜੀ ਤੁਸੀਂ ਕਿਹਾ ਕਿ 99% ਆ ਮੁੱਦੇ ਗਾਇਬ ਰਹੇ, ਜੇ ਮੁੱਦੇ ਗਾਇਬ ਰਹੇ ਉਹਦੇ ਵਿੱਚ ਸਿਆਸੀ ਸਾਜ਼ਿਸ਼ ਹੈ ਕੋਈ, ਜਾਂ ਮੈਨੂੰ ਇਹ ਸਮਝਾ ਦਿਓ ਕਿ ਅਸੀਂ ਜਾਗਰੂਕ ਹੀ ਨਹੀਂ ਹੈਗੇ ਕਿ ਅਸੀਂ ਇਹਨਾਂ ਵਿੱਚ ਉਲਝ ਕੇ ਰਹਿ ਗਏ ਜਿਹੜਾ 1% ਤੇ ਸਾਨੂੰ ਸਾਰਾ ਕੁਝ ਕੇਂਦਰਿਤ ਕਰਦਾ। ਇਹਦਾ ਦੋਹਰਾ ਕੰਮ ਹੈ, ਸਿਆਸੀ ਸਾਜ਼ਿਸ ਵੀ ਹੈ ਅਤੇ ਅਸੀਂ ਉਲਝ ਕੇ ਵੀ ਰਹਿ ਗਏ ਹਾਂ ਕਿਉਂਕਿ ਉਸ ਮਾਮਲੇ ਦੇ ਸਿਆਸੀ ਸਾਜ਼ਿਸ ਇਸ ਐਂਗਲ ਤੋਂ ਹੈ। ਜਦੋਂ ਇਹ ਕਿੰਨੇ ਹੀ ਲੋਕ ਬਾਰ ਬਾਰ ਕਰਦੇ ਰਹੇ, ਪਿੰਡ ਬਚਾਓ ਪੰਜਾਬ ਬਚਾਓ ਨੇ ਵੀ ਇਹ ਸੱਦਾ ਦਿੱਤਾ ਵੀ ਜਦੋਂ ਤੁਸੀਂ ਕਹਿੰਦੇ ਹੋ ਕਿ ਬਲਾਕ ਸੰਮਤੀ ਨੂੰ ਅਧਿਕਾਰ ਨਹੀਂ, ਸਾਰੀਆਂ ਪਾਰਟੀਆਂ ਕਹਿੰਦੇ ਨੇ ਵਿੱਚ ਤਾਂ ਬੰਦੇ ਨਹੀਂ ਮਿਲੇ ਐਤਕੀ ਉਮੀਦਵਾਰ, ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀਆਂ ਨੂੰ ਤਾਂ ਬਹੁਤ ਜ਼ਿਆਦਾ ਸੰਕਟ ਆਇਆ, ਖਾਸ ਤੌਰ 'ਤੇ ਸੰਘੇੜਾ ਸਾਹਿਬ ਉਹਨਾਂ ਦੀ ਪਾਰਟੀ ਨੂੰ ਜ਼ਿਆਦਾ ਆਇਆ, ਥੋੜ੍ਹਾ ਜਿਹਾ ਅਕਾਲੀ ਦਲ ਨੂੰ ਵੀ ਬਹੁਤ ਆ ਵੀ ਅਸੀਂ ਨਹੀਂ ਲੜਨਾ, ਲੋਕ ਸਰਪੰਚ ਲੜਨਾ ਚਾਹੁੰਦੇ ਨੇ, ਬਲਾਕ ਸੰਮਤੀ ਨਹੀਂ ਲੜਨਾ ਚਾਹੁੰਦੇ, ਜ਼ਿਲ੍ਹਾ ਪ੍ਰੀਸ਼ਦ ਨਹੀਂ ਲੜਨਾ ਚਾਹੁੰਦੇ ਕਿਉਂਕਿ ਉਹਨਾਂ ਲੱਗਦਾ ਉੱਥੇ ਹੈ ਹੀ ਕੁਛ ਨਹੀਂ, ਅਤੇ ਜੇ ਹੈ ਕੁਛ ਨਹੀਂ ਪਾਰਟੀ ਦੇ ਕਰਿੰਦਿਆਂ ਨੂੰ ਇਹ ਪਤਾ ਹੈ ਤਾਂ ਪਾਰਟੀ ਸਿੰਬਲ 'ਤੇ ਫਿਰ ਉਹ ਕਿਉਂ ਲੜੀ ਜਾਂਦੀ ਹੈ। ਪਾਰਟੀ ਸਿੰਬਲ 'ਤੇ ਲੜਨ ਦਾ ਮਤਲਬ ਹੈ ਪਿੰਡ 'ਚ ਧੜਾ ਕਾਇਮ ਕਰਨਾ, ਧੜੇ ਤੋਂ ਲੜਾਈ ਪਵਾਉਣਾ ਅਤੇ ਪਿੰਡ ਦੀ ਪੂਰੀ ਤਰ੍ਹਾਂ ਪਾਟੋ ਧਾੜ ਕਰਕੇ ਉਸ ਪੱਧਰ ਦੇ ਉੱਤੇ ਲੈ ਕੇ ਇੱਕ ਪਾਸੇ ਜਾਣਾ, ਇਹਦੇ 'ਚ ਸਾਜ਼ਿਸ਼ ਆ ਸਾਰੀਆਂ ਪਾਰਟੀਆਂ, ਇੱਕ ਵੀ ਪਾਰਟੀ ਬਿਲਕੁਲ ਇੱਕ ਵੀ ਪਾਰਟੀ ਵਿਦਾਊਟ ਸਿੰਬਲ ਇਸ ਇਲੈਕਸ਼ਨ 'ਚ ਕਿਉਂ ਨਹੀਂ ਉਤਰੀ, ਜਾਓ ਦੱਸ ਦੇਣ ਵੀ ਇਹਦਾ ਰੋਲ ਕੀ ਹੈ, ਇਹ ਜ਼ਰੂਰੀ ਕਿਉਂ ਹੈ। ਬਿਲਕੁਲ ਆਊਂਗਾ ਮੈਂ ਇਸ ਸਵਾਲ 'ਤੇ, ਆਊਂਗਾ ਡਾਕਟਰ ਪਹਿਲਾ ਗਰਗ, ਹਾਂਜੀ, ਇਹਨਾਂ ਚੋਣਾਂ 'ਚ ਨਵਾਂ ਕੀ ਹੋਇਆ? ਦੇਖੋ ਇਹਨਾਂ ਚੋਣਾਂ 'ਚ ਨਵਾਂ ਇਹ ਹੋਇਆ ਵੀ ਜਿਹੜੀ ਮਾੜੀ ਮੋਟੀ ਪਹਿਲਾਂ ਜਦ ਚੋਣ ਹੁੰਦੀ ਸੀ ਬਲਾਕ ਸੰਮਤੀਆਂ ਦੀ ਜਾਂ ਜ਼ਿਲ੍ਹਾ ਪ੍ਰੀਸ਼ਦਾਂ ਦੀ ਜਾਂ ਪੰਚਾਇਤਾਂ ਦੀ, ਛੋਟੇ ਮੋਟੇ ਕਦੇ ਪਿੰਡ ਦੇ ਲੋਕ ਆਪਦੀ ਗੱਲ ਵੀ ਉਠਾ ਲੈਂਦੇ ਸੀ ਕਿਉਂਕਿ ਹੋਰ ਕੋਈ ਆਲੇ ਦੁਆਲੇ ਇਹੋ ਜਿਹਾ ਸੈਂਟੀਮੈਂਟਲ ਮੁੱਦਾ ਨਹੀਂ ਹੁੰਦਾ ਸੀ। ਇਸ ਵਾਰੀ ਨਵਾਂ ਇਹ ਹੋਇਆ ਵੀ ਇੱਕੋ ਮੁੱਦੇ ਦੇ ਆਲੇ ਦੁਆਲੇ ਵੱਲ ਜਾ ਕੇ ਸਾਰਾ ਕੁਛ ਰੱਖਤਾ ਅਤੇ ਇਸ ਕਰਕੇ ਉਹ ਸਾਰੇ ਮੁੱਦੇ ਟੋਟਲ ਗਾਇਬ ਕਰਤੇ, ਇੱਕ ਤਾਂ ਪਹਿਲੀ ਗੱਲ ਇਹ ਕਰੀ ਹੈ। ਦੂਜੀ ਗੱਲ ਇਹ ਜ਼ਿਆਦਾ ਹੋਈ ਹੈ ਕਿ ਇਸ ਦੇ ਵਿੱਚ ਪਹਿਲਾਂ ਤੋਂ ਇਹ ਕਹਿਣਾ ਸ਼ੁਰੂ ਕਰਤਾ ਵੀ ਵਾਇਲੈਂਸ ਹੋਏਗੀ। ਇਹ ਜਿਹੜੀ ਵਾਇਲੈਂਸ ਹੋਣ ਦਾ ਕਹਿਣਾ ਹੈ ਕਿਸੇ ਪੋਲੀਟੀਕਲ ਪਾਰਟੀਆਂ ਦਾ, ਉਹਨਾਂ ਦਾ ਖਦਸ਼ਾ ਜ਼ਾਹਰ ਕਰਨਾ ਕਿ ਜੀ ਇਹ ਠੀਕ ਕਰੋ ਹੋਰ ਕਰੋ ਉਹਦੇ ਵਾਸਤੇ ਯਤਨ ਕਰਨੇ ਹੋਰ ਗੱਲ ਹੈ, ਇਹਦੇ ਵਿੱਚੋਂ ਪਤਾ ਲੱਗਦਾ ਵੀ ਮਾਨਸਿਕਤਾ ਇੱਥੇ ਆ ਵੀ ਵਾਇਲੈਂਸ ਨਾਲ ਹੀ ਸ਼ਾਇਦ ਕੰਮ ਹੋਣਾ, ਚਾਹੇ ਉਹ ਰਾਜ ਕਰਨ ਵਾਲੇ ਕਰਨ ਚਾਹੇ ਦੂਜੇ ਕਰਨ। ਸੋ ਇੱਕ ਇਹ ਦੂਜੀ ਗੱਲ ਇਹ ਹੈ, ਪਰ ਉਂਝ ਇਹਦੇ ਵਿੱਚ ਜਿਵੇਂ ਨੋਟਾ ਐਤਕੀ ਉਹਨਾਂ ਨੇ ਪਾਤਾ, ਪਹਿਲਾਂ ਨੋਟਾਂ ਦੇ ਵਾਸਤੇ ਕਾਫੀ ਕੋਸ਼ਿਸ਼ ਕਰਨੀ ਪੈਂਦੀ ਸੀ, ਹੁਣ ਬੈਲਟ ਪੇਪਰ ਦੇ ਵਿੱਚ ਹੀ ਉਹ ਇੱਕ ਹਿੱਸਾ ਹੋ ਗਿਆ, ਇਹ ਇੱਕ ਪੋਜ਼ਿਟਿਵ ਗੱਲ ਵੀ ਹੈ। ਅਤੇ ਦੂਜੀ ਗੱਲ ਮੈਂ ਇਹ ਵੀ ਕਹਾਂਗਾ, ਇੱਕ ਨਵੀਂ ਗੱਲ ਇਹ ਵੀ ਹੋਈ ਹੈ ਵੀ ਇਹਦੇ ਵਿੱਚ ਕਾਫੀ ਸਾਰੇ ਪਿੰਡਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਅਸੀਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਗਏ ਹਾਂ, ਉੱਥੇ ਲੋਕਾਂ 'ਚ ਇੱਕ ਅੰਦਰੋਂ ਦੀ ਇਹ ਉਤਸ਼ਾਹ ਹੈ ਅਤੇ ਬਹੁਤ ਸਾਰੇ ਗੀਤ ਬਹੁਤ ਸਾਰੇ SMS ਮੈਸੇਜ ਇਹ ਆਉਂਦੇ ਰਹੇ ਨੇ ਅਤੇ ਬਹੁਤ ਸਾਰੇ ਲੋਕਾਂ ਨੇ ਮੰਗ ਕਰੀ ਹੈ। ਇੱਕ ਤਾਂ ਕਿਤੇ ਕਿਤੇ ਸਰਬਸੰਮਤੀਆਂ ਹੋਣ ਦੀ ਗੱਲ ਹੋਈ ਹੈ, ਸਰਬਸੰਮਤੀ ਇਸ ਗੱਲ 'ਤੇ ਨਹੀਂ ਹੋਈ ਕਿ ਇਹਨੇ ਇੰਨੇ ਪੈਸੇ ਦੇ ਦੇਣੇ ਨੇ ਪਿੰਡ ਨੂੰ ਬੰਦੇ ਨੇ ਤਾਂ ਇਹ 'ਤੇ ਸਰਬਸੰਮਤੀ ਕਰ ਲਓ, ਇਸ ਗੱਲ 'ਤੇ ਹੋਈ ਹੈ ਕਿ ਜੀ ਸਾਡੇ ਪਿੰਡ ਆਹ ਸਮੱਸਿਆਵਾਂ ਨੇ, ਇਹ ਇਹਨਾਂ ਦੇ ਉੱਤੇ ਗੱਲ ਲੱਗਦਾ ਕੁਛ ਲੋਕ ਜਾਗਰੂਕ ਹੋਏ ਅੱਗੇ ਹੋਏ ਨੇ ਕੁਛ ਨਾ ਕੁਛ ਹੋਏ ਨੇ। ਚਲੋ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਪਿੰਡਾਂ ਦੇ ਸਰਬਪੱਖੀ ਵਿਕਾਸ ਦਾ ਹੁੰਗਾਰਾ ਕਿੰਨੇ ਗ੍ਰਾਮ ਮਿਲਿਆ? ਸਵਾਲ ਬਹੁਤ ਮਹੱਤਵਪੂਰਨ ਹੈਗਾ ਕਿ ਜਦੋਂ ਪੇਂਡੂ ਚੋਣਾਂ ਹੋਣ ਅਤੇ 99% ਮੁੱਦੇ ਗਾਇਬ ਹੋ ਜਾਣ, ਹਮੀਰ ਸਿੰਘ ਹਰਾ ਨੇ ਗੱਲ ਕਹੀ ਹੈਗੀ ਹੈ, ਬੜੇ ਸੀਨੀਅਰ ਪੱਤਰਕਾਰ ਨੇ, ਬੜੀ ਸਮਝ ਰੱਖਦੇ ਆ ਇਹਨਾਂ ਸਾਰੀਆਂ ਗੱਲਾਂ ਤਾਂ, ਸਭ ਤੋਂ ਅਹਿਮ ਸਵਾਲ ਹੈ ਕਿ 99% ਮੁੱਦੇ ਗਾਇਬ ਹੋ ਗਏ ਅਤੇ 1% 'ਤੇ ਤੁਹਾਨੂੰ ਕੇਂਦਰਿਤ ਕਰ ਦਿੱਤਾ ਗਿਆ, ਇਹਦਾ ਮਤਲਬ ਤੁਹਾਡੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ, ਤੁਹਾਡੀ ਭਾਵਨਾਵਾਂ 'ਤੇ ਸਿਆਸਤ ਦੀਆਂ ਗੋਟੀਆਂ ਵਿਛਾਈਆਂ ਜਾ ਰਹੀਆਂ, ਇਸ ਕਰਕੇ ਸਾਰੇ ਮੁੱਦਿਆਂ 'ਤੇ ਇੱਕ ਧਾਰਮਿਕ ਸਿਆਸਤ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਅਤੇ ਤੁਹਾਨੂੰ ਸਮਝ ਹੀ ਨਹੀਂ ਆਇਆ ਹੋ ਕੀ ਕਿਹਾ, ਪਰ ਜੇ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਹੁਣ ਸਮਝ ਲਓ ਇਹ ਕੀ ਕਰਨਾ ਚਾਹੁੰਦੇ ਆ, ਜੇ ਹੁਣ ਨਹੀਂ ਸਮਝੋਗੇ ਫਿਰ ਇਹਦਾ ਭਵਿੱਖ ਬੜਾ ਖਤਰਨਾਕ ਹੋ ਗਿਆ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਹੋਰ ਸਵਾਲ ਕਰਾਂਗੇ ਜ਼ਰੂਰ ਕਿਉਂਕਿ ਇਹ ਜਿਹੜੀ ਸੰਜੀਦਾ ਚਰਚਾ ਅੱਜ ਦੀ ਲੋੜ
फिर सानू सुत्तिया नू ये इदां ही करते रहेंगे। ब्रेक तो वापस आ गए, ब्रेक तो बाद एक और फिर थोड़ा स्वागत है। पेंडू चोणा च नवा की है, ये लोकतंत्र का सब तो अहम पावा हैगा, जिंदे सहारे आ जिहड़ा लोकतंत्र दा पूरा ढांचा हैगा, सियासी ढांचा हैगा जिहड़ा उस नू तय किया जाता हैगा। पर इस विच की हो रहा जिहड़े असीं सवाल जवाब कर रहे हैगे आ, जगतार संघेड़ा आम आदमी पार्टी तुसीं नुमाइंदे हो, मुख विरोधी धिर है, ये तुहाड़ी कारगुजारी का सारे लोगों को पता है कि तुसीं कित्थे दिखे ते कित्थे नहीं दिखे। मेरा सवाल यह है कि जे रवायती पार्टियां ने धार्मिक मुद्दों ते सियासत की तां तुसीं वी उन्हां मुद्दों दे विच रुल गए, ਜਾਂ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਮੁੱਦਿਆਂ ਦੇ ਬਰਾਬਰ ਤੁਸੀਂ ਮੁੱਦੇ ਰੱਖਦੇ ਲੋਕਾਂ ਦੇ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਅਤੇ ਇਹਨਾਂ ਸਿਆਸੀ ਧਿਰਾਂ ਤੋਂ ਜਵਾਬ ਮੰਗਦੇ, ਤੁਸੀਂ ਵੀ ਫੇਲ ਹੋ ਗਏ ਉੱਥੇ। ਦੇਖੋ ਇਸ ਇਲੈਕਸ਼ਨ ਦੇ ਵਿੱਚ ਇਹ 'ਚ ਕੋਈ ਸ਼ੱਕ ਨਹੀਂ ਹੈ, 99% ਅਤੇ 1% ਵਾਲੀ ਗੱਲ ਜਿਹੜੀ ਸਰਦਾਰ ਹਮੀਰ ਸਿੰਘ ਹੋਣਾ ਨੇ ਕਹੀ ਆ ਬਿਲਕੁਲ ਸਹੀ ਆ, ਉਹ 1% ਵੀ ਮੁੱਦੇ ਹੀ ਰਹਿ ਗਏ ਆ ਬੜੀ ਮੁਸ਼ਕਲ ਨਾਲ, ਪਰ ਉਹਦੇ ਵਿੱਚ ਜਿਹੜਾ ਸਾਡਾ ਰੋਲ ਹੈ ਅਸੀਂ ਕੋਸ਼ਿਸ਼ ਕੀਤੀ ਆ ਜਿੰਨੇ ਜੋਗੇ ਹੈਗੇ ਹਾਂ। ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਵੀ ਇਹ ਪਾਰਟੀਆਂ ਜਿਹੜੀਆਂ ਆ ਇਹਨਾਂ ਦਾ 70 ਸਾਲ ਦਾ ਐਕਸਪੀਰੀਅੰਸ ਹੈ, ਸੰਵੇਦਨਸ਼ੀਲ ਜਿਹੜੇ ਮੁੱਦੇ ਖੜ੍ਹੇ ਕਰਕੇ ਜਾਂ ਧਾਰਮਿਕ ਮੁੱਦੇ ਖੜ੍ਹੇ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ, ਲੋਕਾਂ ਨੂੰ ਆਪਸ ਵਿੱਚ ਭੜਕਾਉਣਾ ਜਾਤ ਪਾਤ ਦੇ ਨਾਮ 'ਤੇ ਜਾਂ ਧਰਮ ਦੇ ਨਾਮ 'ਤੇ, ਇਹਨਾਂ ਨੇ ਵੋਟਰ ਨੂੰ ਉੱਥੇ ਕੀ ਰੱਖਿਆ ਵੀ ਉਹਦੇ ਬਹੁਤ ਛੇਤੀ ਉਸ ਚੀਜ਼ ਦਾ ਅਸਰ ਕਰਕੇ ਇਹ ਆਪਣਾ ਮੰਤਵ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਤੁਹਾਨੂੰ ਪਤਾ ਹੈ ਇੱਥੇ ਵੱਡੀਆਂ ਸੰਘੇੜਾ ਸਾਹਿਬ ਤੁਸੀਂ ਵੀ ਉਹਨਾਂ ਰਾਹਾਂ 'ਤੇ ਚੱਲਦੇ ਪਏ ਹੋ, ਹੁਣ ਤੁਹਾਡੇ ਜਿਹੜੇ ਧੜੇ ਬਣਦੇ ਪਏ ਆ ਉਹ ਵੀ ਪੰਜਾਬੀ ਸੂਬੇ ਦੀ ਗੱਲ ਕਰਦੇ ਪਏ ਆ, ਭਾਵਨਾਵਾਂ ਦੀ ਗੱਲ ਕਰਦੇ ਪਏ ਆ, ਪੰਜਾਬੀ ਦਿੱਲੀ ਅਲੱਗ ਕਰ ਲਓ, ਵੰਡੀਆਂ ਤੁਸੀਂ ਸਾਰੇ ਆਪ ਹੀ ਪਾ ਰਹੇ ਹਾਂ, ਤੁਸੀਂ ਵੀ ਉਹਦੇ ਵਿੱਚ ਫਸਦੇ ਪਏ। ਅਸੀਂ ਉਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਲੱਗੇ ਹੋਏ ਹਾਂ, ਅਸਲ 'ਚ ਸਾਡੇ ਜਿਹੜਾ ਅੰਦਰੂਨੀ ਮਸਲਾ ਹੈ ਸਾਡਾ, ਪਰ ਉਹ 'ਚ ਪੰਜਾਬ ਦਿੱਲੀ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ, ਕਿਉਂਕਿ ਦਿੱਲੀ 'ਚ ਸਾਡੀ ਸਰਕਾਰ ਥੋੜ੍ਹੀ ਆ, ਇੱਕ ਦਿੱਲੀ ਪੰਜਾਬ ਵਰਸਸ ਦਿੱਲੀ ਮੀਨਸ ਤੁਸੀਂ ਇੱਕ ਬੈਠਕ ਰੱਖੀ ਸੀ ਜਿਹੜਾ ਸਾਹਿਬ, ਤੁਸੀਂ ਇੱਕ ਬੈਠਕ ਰੱਖੀ ਸੀ ਇਹਨਾਂ ਚੋਣਾਂ ਦੀ ਤਿਆਰੀਆਂ ਦੇ ਲਈ, ਉਹਨਾਂ ਤਿਆਰੀਆਂ ਤੋਂ ਪਹਿਲਾਂ ਹੀ ਕੋਈ ਹੋਰ ਤਿਆਰੀ ਹੋ ਗਈ, ਤੁਹਾਡੀ ਤਿਆਰੀ ਕਿੱਥੇ ਗਈ? ਚਲੋ ਸਾਡੀਆਂ ਆਪਣੀਆਂ ਵੀਕਨੈਸ ਪਾਰਟੀ 'ਚ ਆਈਆਂ ਆ ਕੁਛ, ਮੈਂ ਉਹ ਤਾਂ ਨਹੀਂ ਗੱਲ ਕਹਿੰਦਾ ਹੈਗਾ, ਸਾਨੂੰ ਉਹਦਾ ਨੁਕਸਾਨ ਵੀ ਹੋਇਆ, ਸਾਨੂੰ ਜਦੋਂ ਉਹਦਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਆ। ਇਹ ਇਕੱਲਾ ਤੁਹਾਨੂੰ ਨੁਕਸਾਨ ਨਹੀਂ ਹੋਇਆ ਸੰਗੜਾ ਸਾਹਿਬ, ਮਾਫ਼ ਕਰਨਾ ਤੁਹਾਨੂੰ ਮੈਂ ਕਹਿ ਰਿਹਾ, ਇਕੱਲਾ ਤੁਹਾਨੂੰ ਨੁਕਸਾਨ ਨਹੀਂ ਹੋਇਆ, ਇਹ ਪੰਜਾਬ ਦੀ ਆਵਾਮ ਨੂੰ ਨੁਕਸਾਨ ਹੋ ਰਿਹਾ, ਖੁਦ ਇਹ ਕਹਿ ਰਿਹਾ ਤੁਸੀਂ ਨੁਮਾਇੰਦੇ ਹੋ, ਇਕੱਲਾ ਇਹੋ ਹੀ ਜਿਹਨਾਂ ਤੁਹਾਨੂੰ ਚੁਣ ਕੇ ਭੇਜਿਆ। ਇਲੈਕਸ਼ਨ ਦੇ ਵਿੱਚ ਵੀ ਜਿਹੜਾ ਸਾਡੀ ਸਰਕਾਰ ਨਹੀਂ ਬਣ ਸਕੀ ਆਮ ਆਦਮੀ ਪਾਰਟੀ ਦੀ, ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹੋਣਗੀਆਂ, ਸਰਕਾਰ ਨਹੀਂ ਬਣ ਸਕੀ, ਉਹਦਾ 'ਚ ਆਮ ਆਦਮੀ ਪਾਰਟੀ ਨੂੰ ਤਾਂ ਨੁਕਸਾਨ ਹੋਇਆ ਹੀ ਆ, ਪੰਜਾਬ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ, ਕਿਉਂਕਿ ਜੋ ਵੀ ਮਰਜ਼ੀ ਸੀਗਾ ਅਸੀਂ ਜਿੱਦਾਂ ਦੇ ਵੀ ਸੀਗੇ ਅਸੀਂ ਕੋਸ਼ਿਸ਼ਾਂ ਸੀਰੀਅਸਲੀ ਕਰਨੀਆਂ ਸੀ ਪੰਜਾਬ ਨੂੰ ਇਸ ਦਲਦਲ ਵਿੱਚੋਂ ਕੱਢਣ ਦੀਆਂ, ਜਦੋਂ ਸੀਰੀਅਸ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਕੁਛ ਨਾ ਕੁਛ ਉਹਦਾ ਹੱਲ ਜ਼ਰੂਰ ਨਿਕਲਦਾ। ਜਗਤਾਰ ਸੰਘੇੜਾ ਮੰਨਦੇ ਆ ਕਿ ਤੁਸੀਂ ਮੌਕਾ ਗਵਾ ਲਿਆ? ਨਹੀਂ, ਫਾਰ ਦਾ ਟਾਈਮ ਬੀਂਗ ਖੁੰਝ ਗਏ ਅਸੀਂ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਸਾਡਾ ਫਿਊਚਰ ਹੈ ਨਹੀਂਗਾ, ਅਸੀਂ ਉਹਦੇ ਬਾਰੇ ਰਣਨੀਤੀ ਘੜ ਰਹੇ ਹਾਂ, ਅਸੀਂ ਨਵੇਂ ਸਿਰਿਓਂ ਤਕੜੇ ਹੋ ਕੇ ਦੁਬਾਰਾ ਫਿਰ ਉੱਠਾਂਗੇ, ਕਿਉਂਕਿ ਇਹਨਾਂ ਪਾਰਟੀਆਂ ਨੇ ਕੁਛ ਨਹੀਂ ਕਰਨਾ ਹੈਗਾ, ਲੋਕਾਂ ਨੇ ਦੇਖ ਲਿਆ ਇਹਨਾਂ ਕੋਲ ਮਸਲੇ ਦਾ ਹੱਲ ਹੈ ਨਹੀਂਗਾ, ਇਹਨਾਂ ਨੇ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਜਾਂ ਜਾਤ ਪਾਤ ਦੇ ਨਾਮ ਤੇ ਝਗੜੇ ਕਰਵਾ ਕੇ ਜਾਂ ਇਸ ਤਰ੍ਹਾਂ ਦੇ ਮੁੱਦੇ ਲੱਭ ਕੇ ਲੋਕਾਂ ਨੂੰ ਲੜਾ ਕੇ ਜਾਂ ਡੰਡੇ ਨਾਲ, ਜਿਸ ਤਰ੍ਹਾਂ ਇਹਨਾਂ ਇਲੈਕਸ਼ਨਾਂ 'ਚ ਜੋ ਕੁਛ ਨਵਾਂ ਹੋਇਆ, ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ, ਲਾਅ ਇਨਫੋਰਸਮੈਂਟ ਬਿਲਕੁਲ ਨਹੀਂ ਹੈ, ਸ਼ਰੇਆਮ ਸਰਕਾਰੀ ਸ਼ਹਿ ਤੇ ਧੱਕੇਸ਼ਾਹੀ ਦੇ ਨਾਲ ਬੜੀ ਸਮੂਥਲੀ ਵੋਟਾਂ ਲੈ ਗਏ। ਠੀਕ ਹੈ, ਡਾਕਟਰ ਗੁਰਪ੍ਰੀਤ ਸੰਧੂ ਜੀ, ਤੁਹਾਡੀ ਬਹੁਤ ਅਹਿਮ ਜ਼ਿੰਮੇਵਾਰੀ ਬਣਦੀ ਸੀ ਸੱਤਾ ਧਿਰ ਚੋਂ, ਤੁਸੀਂ ਜੀ ਤੁਸੀਂ ਲੋਕਾਂ ਦੇ ਮੁੱਦੇ ਐਡਰੈਸ ਕਰਤੇ ਜੀ, ਅੱਜ ਤੁਹਾਨੂੰ 1.5 ਸਾਲ ਹੋਇਆ ਤੁਹਾਨੂੰ ਆਇਆ ਨੂੰ ਜੀ, ਤੁਸੀਂ ਇਹ ਗੱਲ ਹਰ ਮੰਚ ਤੇ ਕਹਿੰਦੇ ਹੋ ਕਿ ਪਿਛਲੀ ਸਰਕਾਰ ਨੇ ਕੁਛ ਨਹੀਂ ਕੀਤਾ ਗਾ ਅਸੀਂ ਕਰਾਂਗੇ, ਪਰ ਤੁਸੀਂ ਇੱਕ ਜਿਹੜਾ ਮੁੱਦਾ ਸੀਗਾ ਉਸ ਮੁੱਦੇ 'ਤੇ ਸਾਰਾ ਕੁਛ ਕੇਂਦਰਿਤ ਕਰਕੇ ਸਾਰੇ ਮੁੱਦਿਆਂ ਨੂੰ ਪਾਸੇ ਕਰ ਦਿੱਤਾ। ਸਰਕਾਰ ਦੇ ਉੱਤੇ ਅਤੇ ਸਰਕਾਰੀ ਜਿਹੜਾ ਪੱਖ ਆ ਉਹਦੇ ਉੱਤੇ ਇਲਜ਼ਾਮ ਲਾਉਣੇ ਬੜੇ ਸੌਖੇ ਆ। ਜਦੋਂ ਬਾਦਲ ਪਿਛਲੀ ਸਰਕਾਰ, ਬਾਦਲ ਸਾਹਿਬ ਦੀ ਸਰਕਾਰ ਤਾਂ ਨਾ ਕਹਾਂ ਮੈਂ, ਪਿਛਲੀ ਸਰਕਾਰ ਦੇ ਦੌਰਾਨ ਸਿੱਖ ਕੌਮ ਵਾਸਤੇ ਜਾਂ ਪੰਜਾਬੀਆਂ ਵਾਸਤੇ ਇਦੋਂ ਵੱਡਾ ਮੁੱਦਾ ਕੋਈ ਨਹੀਂ, ਚਾਹੇ ਤੁਸੀਂ ਉਹਨੂੰ ਐਕਸਪਲੋਇਟ ਕਰੋ, ਚਾਹੇ ਉਹਨੂੰ ਤੁਸੀਂ ਇਮੋਸ਼ਨਲੀ ਲੈ ਲਓ ਕਿ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਔਰ ਉਹਨਾਂ ਦਾ ਕੋਈ ਵੀ ਜ਼ਿੰਮੇਵਾਰ ਫੜਿਆ ਨਹੀਂ ਗਿਆ ਨਾ ਸਜ਼ਾ ਹੋਇਆ। ਲੋਕਾਂ ਦੀ ਮੰਗ ਸੀ ਜੋਰਾ ਸਿੰਘ ਕਮਿਸ਼ਨ ਬੈਠੀ, ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਰੁਲ ਗਈ, ਇਹਨਾਂ ਨੇ ਸੁਣੀ ਨਹੀਂ। ਉਹ ਅਸੀਂ ਪ੍ਰੋਮਿਸ ਕੀਤਾ ਸੀ ਅਸੀਂ ਛੇਤੀ ਤੋਂ ਛੇਤੀ, ਇੱਕ ਮਿੰਟ ਇੱਕ ਮਿੰਟ, ਮਾਫ਼ ਕਰਨਾ ਤੁਹਾਨੂੰ, ਮਾਫ਼ ਕਰ ਦੂੰਗਾ, ਪਹਿਲਾਂ ਮੇਰੀ ਗੱਲ ਕੰਪਲੀਟ ਕਰ ਲੈਣ ਦਿਓ। ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਕੀ ਇਹ ਮੁੱਦਾ ਸੀ ਤੁਹਾਡੇ ਸਾਹਮਣੇ? ਵੋਟਰ ਯੂ ਸਿੰਘ ਕਿ ਜਾਂ ਮੁੱਦਾ ਬਣਾ ਦਿੱਤਾ ਗਿਆ? ਨਹੀਂ ਜੀ, ਨਹੀਂ ਬਣਾਇਆ ਅਕਾਲੀਆਂ ਨੇ, ਬੀਜੇਪੀ ਨੇ ਔਰ ਆਮ ਆਦਮੀ ਪਾਰਟੀ ਨੇ। ਇਹ ਮੁੱਦਾ ਕਾਂਗਰਸ ਦਾ ਬਿਲਕੁਲ ਨਹੀਂ ਸੀ, ਸਾਡਾ ਫਰਜ਼ ਸੀ, ਅਸੀਂ ਟੇਬਲ ਕਰਤੀ ਰਿਪੋਰਟ, ਉਹਦੇ ਤੇ ਬਹਿਸ ਹੋਈ ਹੈ। ਤੁਸੀਂ ਟੇਬਲ ਦੇਖੋ, ਗੱਲ ਸੁਣੋ, ਕਿੰਨੀ ਦੇਰ ਹੋ ਗਈ ਤੁਹਾਨੂੰ ਸਰਕਾਰ ਬਣੀ ਨੂੰ ਜਿਹੜਾ ਤੁਸੀਂ ਕਹਿੰਦੇ ਹੋ, ਆਰਾਮ ਨਾਲ ਬੈਠੋ, ਆਪਦੇ ਟਾਈਮ ਤੇ ਖੁੱਲਾ ਬੋਲੋ, ਮੈਂ ਨਹੀਂ ਬੋਲਦਾ। ਸਾਡੀ ਸਰਕਾਰ ਨੇ ਜੋ ਵੀ ਕੀਤਾ ਸਾਨੂੰ ਪਤਾ, ਜੋ ਮੰਗ ਸੀ ਲੋਕਾਂ ਦੀ, ਜੋ ਮੰਗ ਸੀ ਓਪੋਜੀਸ਼ਨ ਪਾਰਟੀਆਂ ਦੀ, ਉਹ ਉਹਦੇ ਤੇ ਰੱਖੀ ਗਈ, ਖੁੱਲ੍ਹ ਕੇ ਬਹਿਸ ਹੋਈ, ਉਹਦੇ ਤੇ ਵਿਧਾਨ ਸਭਾ 'ਚ ਮਤੇ ਪਾਸ ਹੋਏ, ਮਤੇ ਪਾਸ ਹੋਣ ਦੇ ਹਿਸਾਬ ਨਾਲ
सब कुछ वेखते हुए एक एस आई टी बनाई गई है, वह टाइम पीरियड हले फिक्स नहीं किया गया बिकॉज वे जो ऑफिसर है इट विल टेक सम टाइम बट इट वेलकम टू अ कंकलूजन। साडा यह नहीं मकसद भी असी इन्होंने जाके तो पंचायत समितियां जितनी, असं तो रूलिंग पार्टी है, साढ़े तो वैसे इल्जाम लगने लगने भी धक्का करते हैं नाले रूलिंग पार्टी बाय एंड लार्ज बहुतियां वैसे ही जित जाते क्योंकि लोगों ने कम लाने होंगे ये लोगों की भी मानसिकता है सरकार दी नहीं, लोगों की मानसिकता हैगी फिर तुम इस मुद्दे नूं इन्ना क्यों अगे लैके गए तुसी कि मुद्दा लगे विरोध करवाया पिंडा च ना बढ़न दो अज तां भाईचारे साहिब दी गल करदे आ तुसी विरोध करवाया कि पिंडा च ना बढ़न दो कोई नहीं कहा किसी ने जे जे साडी पार्टी का प्रधान कुछ कोई बयान दिंदा डज नॉट मीन गवर्नमेंट कह रही है उहने आपदी सियासत वेखणी है उहने आपदी सियासत वेखणी है लेकिन 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 सियासत वेखणी लोकां नाल बस करो सिंगड़ा साहब हत्थ बन्ने जो सरकार ने किया 99% मुद्दे नहीं चके गए 99% मुद्दे इस करके नहीं चके गए कि अकालिया ने इस तो पहला दो रैलियां कीतिया वड्डियां जिदे विच सिर्फ ते सिर्फ एको मुद्दा रखिया कि सानू बेअदबियां दे मामलियां दे बदनाम किया जा रहा है। चलो ठीक है मैं गुरप्रीत सिंह तुहाडे सवाल ते वीडियो तुहाडे सवाल ते रोंदी विखाई है क्रोकोडाइल्टी तुहाडे सवाल ते आ रहा मैं हमीर सिंह जी कांग्रेस दा कोई प्लान नहीं हैगा सीगा कि मुद्दे गायब कर दिते जाण अकाली दल ने नहीं ठीक है मैं आ रहा गुरप्रीत सिंह तुहाडे सवाल ते अकाली दल ने एक प्लान बनाया रैलियां कीतियां कांग्रेस नूं समझ नहीं आया करना की है अकाली दल ने जो बेस बना के दिता उस ते कांग्रेस तुर पई। ये तो मैं एक गल कहना चाहना कि 18 अगस्त 2017 विधानसभा के पंजाब का चीफ मिनिस्टर खड़ा होकर कुछ ऐलान कर दिया जिसे एक ऐलान है किसानों का टी हक कमेटी की रिपोर्ट पूरी तरह लागू करना जिहड़ा किसानों का कर्जा है, दूजा विधानसभा की एक कमेटी बनती है जिहड़ी मजदूरों के कर्जे का हिसाब किताब लाएगी तो बाकी है उसकी रिपोर्ट भी विधानसभा के लास्ट जिहड़ा इदों पहला सैशन से होगी ठीक है उन्होंने अमल कित्थे गया जे इस रिपोर्ट से इदों अगे ये गल कंटिन्यू हो सकती है तो वह रिपोर्टा कित्थे ने उन्होंने अमल क्यों नहीं होया बाकी के पीरियड के दौरान तो जे बाकी के पीरियड के दौरान होया हों लोगों जो कर्जा है पहले 1500 करोड़ रुपया बजट के रखिया उदो 450 करोड़ तो नहीं बदे बजट वाला भी नहीं पास उदू अमीर सिंह फिर 9500 करोड़ की गल की फसल खरीद नीति अभी देर तक भी 5000 करोड़ अमीर सिंह जी फसल खरीद नीति का जिक्र तक भी नहीं होया ना फसल खरीद नीति का जिक्र होया 16606 किसान ते मजदूर खुदकशियां यूनिवर्सिटी की रिपोर्ट कहंदी है 5300 नूं मुआवजा मिलिया अजे तक और बादलों की सरकार भी लंघी ये सरकार भी लंघी ये लगातार 15 साल का एक टनियर है कोई एक सरकार का क्वेश्चन नहीं है क्योंकि असी असल दे विच जिहड़ा लोगों के लिए जवाबदेही का सवाल है जिहड़ा लोगों दी तकलीफां ने उहदे तो वैसे ही दूर हो गए हाँ चाहे वह 30 दिन च नशा खत्म करने मामले बड़े बड़े सारे मामले से मामले तो कोई एक नहीं सी ना गुरु ग्रंथ साहब की बेअदबी का ठीक मामला मुद्दा है पर उही मुद्दा तो नहीं एक बार तुम सारे पिंडों के जो जी चोण हो रही है उत्त तो वह चोण के मुद्दे होणगे ना कि वह चोण च भी बाकी के मुद्दे उही करोगे ठीक है। गुरप्रीत संधू सवाल बहुत महत्वपूर्ण है जो पिंड वाले बाइकट कर लग पे जो पोस्टर लगन लग पे पोस्टर से लिखे हो डला तो डला है पता नहीं कहाँ से चला है ये सियासत में शर्म नहीं आती जो योजे पोस्टर लगते सियासत में शर्म आनी चाहिए है नहीं आती ये बेशर्मी है सियासत की मैं नहीं इन डिफेंड करता गवर्नमेंट गवर्नमेंट एक है सरदार अमीर सिंह को बड़े आंकड़े होंगे बड़े इंटैलीजेंट ने बहुत वधिया चोटी के पत्रकार है सब कुछ गल्लां सही सही करते हैं मैनू ये दसो भी किस बिना तो तुम कहते हो बी जिहड़ियां वह बने सीगे थोड़े दो जिहड़े तुसीं टॉपिक चके है कि उहदे ते कोई एक्शन नहीं होयागा हाउ डू यू नो दैट एक्शन हो रहा उन्हां ते उस स्पीड ते नहीं हो रहा जिहदे तुहानूं तुहाडियां भावनां कहिंदियां भी ऐ हो जे भावनां मां नहीं कहिंदियां भावनावां नहीं कहंदियां इह पंजाब दी मौजूदा स्थिति कहंदी पई ओके मौजूदा स्थिति और इन्होंने टाइमलाइन दित्ती है एक मिनट अब बोलो बोलो सब अब टाइम ना वेस्ट करिए हाँ बोलो डटसन मैं इस गल तो मुनकर नहीं कि जो सरदार अमीर सिंह कहते हैं 99% मुद्दे नहीं देखे गए ये देखना सरकार आपका काम कर रही है लोगों के सामने जो कुछ कर रही है सरकार को वारी वारी जाके उन्होंने मुद्दों से उन्होंने जागरूक कराने की लड़ नहीं ऑपोजिशन का रोल होंगे ऑपोजिशन उन्होंने जागरूक कराती सानू हरा दें कि भाई थोड़ा मुद्दे नहीं हो रहे वी आर फॉलोइंग ए पैटर्न एंड वी आर डूइंग वर्क स्लो है यस पूरे मुद्दे नहीं हो रहे यस 1.5 साल पौने 10 साल हो 2 साल होए जिनी अचीवमेंट हुई है मैं नहीं कहता मैं वो बहाने तो नहीं आता भी साढ़े को बजट बुजट दिस इज ऑल इट कैन बी डन इट शुड बी डन एंड द प्रोसेस इज ऑन
लेकिन एक मुद्दा यहो जहा उलझा के सारे लोगों करता गुमराह मैनू तो मेरे मुंडे असैसीनेट करने की किसम तुम यह गल कहना चाह रहे हो कि विरोधी धिरों तो विरोध ही नहीं करना आया एबसोल्यूटली डट पहले कर मैं विरोध नहीं करना आया नहीं करना आया। देखो जिथे तक सवाल है इन्हों का यह पिछले समय तो विरोधी धिर ये भी रहे ने 44 और 46 MLA रहे ने असल च विरोधी धिर ने फैसला ही कर लिया मोटे तौर पर भी आप सरकार च तो दखलंदाजी क्योंकि पॉजिटिव पॉलिटिक्स नहीं करनी सरकार च तो दखलंदाजी करनी नहीं उदों नहीं कोई दखलंदाजी हुई उत्ते क्वेश्चन नहीं है। जिथे तक सवाल है भी वो रिपोर्ट जी आई MLA सी उसके उत्ते बड़ा स्पष्ट है कि वो लिखा हुआ एक पॉलिसी बनी हुई 2013 की सुइसाइड विक्टम जिहड़े फैमिलीज ने उन्होंने रिलीफ देने की वो तो लागू करने कोई दिक्कत नहीं सी उसदे च कोई बहुता ज़्यादा वो भी नहीं करना वो भी लागू नहीं हुई वो की है जिन्या बेनीफिशरी स्कीम ने उन्होंने प्रायोरिटी बेस से देना है बच्चों ने पढ़ाई छड़ती उत्थे तो मिनोरिटी स्कॉलरशिप मिलने ने और सेंटर तो पैसा आना है वो सिख मिनोरिटी शड्यूल्ड कास्ट मिनोरिटी बैकवर्ड क्लासा मुहम्मदन क्रिश्चियन वो सो जे वो बच्चों पढ़ाई छड़नी पैंती है जिन्हों के परिवारों तो खुदकुशियां दो तीन तीन हो गई असी मोगे च बरनाले च बठिंडे च संगरूर च पटियाले पावर नहीं है मतलब मैं ये कहना भी उद्दे तो कर सकता सी ना आप मान लो बाकी सारा कुछ छोड़ो वह कहना भी उन्होंने सी दूजी गल मनरेगा कार्ड बनाने ये कोई ऐ खरायत नहीं है मनरेगा कार्ड बनाने सरकार कह सकती थी इन्होंने ये मुद्दा है उन्होंने अनइंप्लॉयमेंट का इन्होंने कहा कि असं हर घर घर रुजगार देवे 28 लाख के मनरेगा कार्ड बन सकते वो बनाने वास्ते हुक्म करना से कोई पैसा भी नहीं लगना सिर्फ एक बिल की लोड़ सी पोलीटिकल बिल की तो वह नहीं करी एजेंडा जो अकालिया ने भी सैट करता आप मान लो भी उन्होंने ये सैट करता यू दूजा पासा मोड़ा दे सकते भी उस सारे इन्होंने सियासत ने जो सूट करता सियासत वो करती है पर तुहानू ये सूट नहीं करता मैं वार बार गल कह रहा जे तुहानू भी ये सूट कर लग पिया इहदा मतलब लोकतंत्र का कतल तो वाकई होने लग पिया लोकतंत्र का कांड होने लग पिया। ब्रेक तो वापस आवेंगे सवाल पूछांगे जरूर औरतों नू 50% राखवा करन दा जिहड़ा दावा हैगा वो किन्ना असर जमीन ते किन्ना दिखता पिया हैगा ब्रेक तो वापस आके ये सवाल पूछांगे जरूर। ब्रेक तो बाद एक और फिर तुहाडा स्वागत है असीं चर्चा कर रहे पेंडू चोणां च नवां की होया तुसीं सारा ने देख लिया तस्वीरां डांगा सोटियां चलिया गोलियां भी चलियां कुटमार हुई भनतोड़ हुई वो हर चोणां च हुंदा वह नवां नहीं है पुराना ही है उस पुरानी चित्रांज ते ही सब कुछ किया जा रहा हालांकि जिवें जिवें युग बदलता पिया उवें वीडियोज़ ज़्यादा आने लग पई इस करके तुहानू ज़्यादा पता लगन लग पिया पर यह कहानी पुरानी है असीं पुछ रहे नवां की होया डट पहला गर्ग और तुहानू 50% आ रहा नहीं फिर मैं हाँ बोलो 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 मेरा निकल जांदा फिर हाँ बोलो जो जो डॉक्टर प्यारेलाल गर्ग ने हमीर सिंह होरां ने कहा बई जिहड़े सुसाइड्स होईआं उहदा कुछ भी नहीं होया मेरा एक छोटा जिहा सवाल कि किसी नूं भी कंपनसेशन नहीं मिली मैं की कहा दैट इट द प्रोसेस इज ऑन agreed ke process jehda hai ga it is not coming up to the mark which there is expectancy jinni ta pichli sarkar ch vi mai di policy eh kehndi hai ke ik mahine de andar andar meri sarkar karti si support karne di main kyon support kari eh nahi gal suno 16000 load hai 16000 load band family 5300 nu tusi ditti hai tusi kehne assi better kar rahe hain eh sawal hi gal karni hai sawal hi darshadar se jehda गवर्नमेंट ने पॉलिसी बनाई है 2013 की उस पॉलिसी चे लिखे है कि जो सुसाइड विक्टम परिवार है उन्हें 3 महीने के अंदर अर्जी देनी है एक महीने के अंदर अंदर डिप्टी कमिश्नर की कमेटी ने ਉਹਦੇ ਤੇ ਫੈਸਲਾ ਕਰਕੇ ਕੰਪਨਸੇਸ਼ਨ ਦੇਣਾ ਹੈ ਬਿਲਕੁਲ ਤੇ 2-2, 3-3 ਸਾਲ ਦੇ ਪਰਿਵਾਰ ਫਿਰ ਰਹੇ ਨੇ ਅਰਜ਼ੀਆਂ ਦਿੱਤੇ ਤੇ ਉਹ ਅਰਜ਼ੀਆਂ ਦਾ ਕੀ ਬਣਿਆ ਪਤਾ ਹੀ ਨਹੀਂ ਲੱਗ ਰਿਹਾ ਕਿਸੇ ਇੱਕ ਡਿਪਟੀ ਕਮਿਸ਼ਨਰ ਖਿਲਾਫ ਕੋਈ ਕਾਰਵਾਈ ਹੋ ਗਈ ਹੋਵੇ ਕਿਸੇ ਕਮੇਟੀ ਤੋਂ ਕਦੇ ਸੱਦ ਪੁੱਛ ਹੋਈ ਹੋਵੇ ਕਿ ਤੁਸੀਂ ਕਿਉਂ ਨਹੀਂ ਕਰ ਰਹੇ ਇਹ ਕਿਉਂ ਨਹੀਂ ਹੋ ਰਿਹਾ ਜਵਾਬਦੇਹੀ ਤਾਂ ਚਾਹੀਦੀ ਹੈ ਮੀਟਿੰਗ ਕੀਤੀ ਹੋਵੇ ਪ੍ਰਸ਼ਾਸਨ ਦਾ ਇਹਨੂੰ ਲਾਗੂ ਕਰ ਇਹ ਸਵਾਲ ਦਾ ਜਵਾਬ ਨਹੀਂ ਹੈਗਾ ਗੁਰਪ੍ਰੀਤ ਸੰਧੂ ਨਹੀਂ ਹੈਗਾ ਤੁਸੀਂ ਆਪ ਹੀ ਸਵਾਲ ਕੀਤਾ ਇਹ ਸਵਾਲ ਦਾ ਜਵਾਬ ਨਹੀਂ ਹੈਗਾ ਕਿਉਂ ਨਹੀਂ ਹੈ 5300 ਨੂੰ ਦਿੱਤਾ ਉਹ ਬਾਕੀ ਨੂੰ ਦੇਣੇ ਆ पिछले 2 साल भी सुसाइड होए ने हर रोज अज भी होए हुए रोज सुसाइड जो होंगे ने आप छोड़ो पहले 16000 ने की करा 2016 तक वो झोना हट सू मिल गया 5000 मिल गया
ਜਿਹੜੇ ਇਹ ਹੋ ਰਹੇ ਨੇ ਇਹ ਤਾਂ ਪਾਲਿਸੀ 'ਚ ਲਿਖਿਆ ਹੋਇਆ ਨਾ ਵੀ ਇੱਕ ਮਹੀਨੇ 'ਚ ਫੈਸਲਾ ਕਰਨਾ, ਤਿੰਨ ਮਹੀਨੇ 'ਚ ਅਰਜੀ ਦੇਣੀ, ਇੱਕ ਮਹੀਨੇ 'ਚ ਫੈਸਲਾ ਕਰਨਾ, ਉਹ ਕਿੰਨਿਆਂ ਦਾ ਫੈਸਲਾ ਹੋਇਆ ਦੇਖ ਲਵੇ ਸਰਕਾਰ ਕਿੰਨਿਆਂ ਦਾ ਫੈਸਲਾ ਡਟ ਪੈਲ ਕਰੋ। ਇਸ ਨਾਲ ਸਵਾਲ ਤੁਸੀਂ ਇਹਨਾਂ ਨੂੰ ਵੀ ਪੁੱਛੋ ਨਾ ਜਿਹੜੇ ਇਹਨਾਂ ਦੇ ਵਿਰੋਧ 'ਚ ਖੜੇ ਸੀਗੇ, ਜਿਹੜੇ ਉਸ ਕਮੇਟੀ ਵਿੱਚ ਸ਼ਾਮਲ ਸੀਗੇ, ਇਹਨਾਂ ਨੇ ਮੁੱਦੇ ਚੁੱਕੇ ਉਹ। ਮੈਂ ਆਉਣਾ ਤੁਸੀਂ ਪਿੰਡਾਂ 'ਚ ਗਏ, ਇਹਨਾਂ ਨੇ ਮੁੱਦੇ ਚੁੱਕੇ। ਮੈਂ ਦੇਖੋ ਅਸੀਂ ਮੁੱਦੇ ਚੁੱਕੇ ਆ, ਮੈਂ ਪੂਰੀ ਗੱਲ ਅਸੀਂ ਵਿਧਾਨ ਸਭਾ ਤੋਂ ਲੈ ਕੇ ਪਿੰਡਾਂ ਤੱਕ ਮੁੱਦੇ ਚੁੱਕੇ ਆ ਜਿੱਦਾਂ ਸੰਗੜਾ। ਲੈਟ ਮੀ ਕੰਪਲੀਟ। ਹਾਂ ਹਾਂ, ਇੱਕ ਦੂਜੀ ਗੱਲ, ਜਿਹੜੇ ਬਾਕੀ ਜਿਹੜੇ ਵੀ ਉਹਨਾਂ ਨੂੰ ਪ੍ਰਾਇਰਟੀ 'ਚ ਬੈਨੀਫਿਟ ਮਿਲਣੇ ਨੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਉਹ ਤਾਂ ਪਾਲਿਸੀ 'ਚ ਲਿਖਿਆ ਹੋਇਆ। ਕਰੰਟ ਵਾਲਿਆਂ ਨੂੰ ਜਾਂ ਪੁਰਾਣੇ ਨੂੰ ਵੀ ਦੇਣ 'ਚ ਤਾਂ ਉਹਦਾ ਕੋਈ ਦਿੱਕਤ ਨਹੀਂ, ਉਹਦੇ ਪੈਸਾ ਵੀ ਨਹੀਂ ਲੱਗਦਾ, ਉਹ ਵੀ ਨਹੀਂ ਹੋਇਆ। ਤੀਜੀ ਗੱਲ, ਜਿਹੜੀ ਈਵਨ ਤਿੰਨਾਂ ਪਾਰਟੀਆਂ ਦੇ ਵਿੱਚ ਆਪ ਵਾਲਿਆਂ ਦਾ MLA ਸੀ, ਵਿੱਚੇ ਕਾਂਗਰਸ ਦੇ ਤਿੰਨ ਸੀਗੇ, ਵਿੱਚੇ ਅਕਾਲੀਆਂ ਦੇ ਸੀਗੇ, ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਆ ਉਸ ਦੇ ਉੱਤੇ ਉਹਦੇ ਮੈਂ ਦੋ ਤਿੰਨ ਆਂਸਰ ਕਹਿਣਾ ਚਾਹਾਂਗਾ ਵੀ ਜਿੱਥੋਂ ਸਾਡੀ ਮੁੱਦਿਆਂ ਬਾਰੇ ਸਮਝ ਕਿਵੇਂ ਪਤਾ ਲੱਗਦੀ ਹੈ। ਆਫਟਰ ਉਹੀ ਅੱਗੇ ਜਾਂਦੀ ਹੈ ਨਾ, ਉਹ ਕਮੇਟੀ ਨੇ ਮਿਹਨਤ ਕਰਕੇ ਦਿੱਤੀ ਰਿਪੋਰਟ। ਉਹ ਕਹਿੰਦੇ ਜੀ ਕਿਸਾਨਾਂ ਜਿਵੇਂ ਕਰਜ਼ਾ ਤਾਂ ਚੜ੍ਹਦਾ ਵੀ ਉਹਦੇ ਜਵਾਕਾਂ ਨੂੰ ਬਾਹਰ ਭੇਜਦੇ ਨੇ, ਵੱਡੀਆਂ ਕੋਠੀਆਂ ਪਾ ਲੈਂਦੇ ਨੇ ਅਤੇ ਵਿਆਹ ਸ਼ਾਦੀਆਂ 'ਚ ਬਹੁਤ ਖਰਚ ਕਰਦੇ ਨੇ। ਦੂਜਾ ਉਹਨਾਂ ਨੇ ਆਖਿਆ ਕਿ ਜੀ ਜਿਹੜੀ ਕਿਸਾਨੀ ਹੈ ਇਹ ਘਾਟੇ 'ਚ ਤਾਂ ਜਾ ਰਹੀ ਹੈ ਕਿ ਕਿਸਾਨ ਬਹੁਤ ਜ਼ਿਆਦਾ ਖੇਤੀ ਕਰ ਰਹੇ ਨੇ, 10% ਤੋਂ ਵੱਧ ਕਿਸਾਨ ਖੇਤੀ ਨਹੀਂ ਕਰਨੀ ਚਾਹੀਦੀ। ਅਤੇ ਜਦਕਿ ਅੱਜ ਜਿਹੜੀ ਪੰਜਾਬ ਦੀ 98 ਲੱਖ ਜਿਹੜੀ ਹੈ ਵਰਕਰ ਹੈ ਪਾਪੂਲੇਸ਼ਨ, ਉਹਦੇ ਵਿੱਚੋਂ 35.5 ਲੱਖ ਜਿਹੜਾ ਬੰਦਾ ਉਹ ਇਕੱਲਾ ਖੇਤੀ 'ਚ ਐਡਜਸਟ ਹੋਇਆ ਹੋਇਆ, ਬਿਲਕੁਲ ਪੱਠਾ ਬੈਠੇਗਾ ਰੁਜ਼ਗਾਰ ਦਾ। ਉਹਦੇ 'ਚ 19 ਲੱਖ ਕਿਸਾਨ ਹੈ ਅਤੇ 16 ਲੱਖ ਤਕਰੀਬਨ 16.5 ਲੱਖ ਮਜ਼ਦੂਰ ਹੈ। ਤੀਜੀ ਗੱਲ, ਉਹਦੇ 'ਚ ਲਿਖਿਆ ਹੈ ਕਿ ਜੀ ਸ਼ਹਿਦ ਦੀਆਂ ਮੱਖੀਆਂ ਦੇ ਜਿਹੜੇ ਖੋਖੇ ਹੁੰਦੇ ਨੇ ਉਹਨੂੰ ਸੁੰਘਣ ਨਾਲ ਜ਼ੁਕਾਮ ਠੀਕ ਹੋ ਜਾਂਦਾ, ਅਤੇ ਜੇ ਇੱਕ ਕਿਸਾਨ 5 ਖੋਖੇ ਘਰੇ ਰੱਖ ਲਏ ਅਤੇ ਉਹ ਲੋਕਾਂ ਨੂੰ ਕਹੇ ਵੀ ਆਓ ਸੁੰਘੋ, 500-500 ਰੁਪਏ ਲਵੇ, ਉਹਦੀ 2500 ਆਮਦਨ ਹੋ ਸਕਦੀ ਹੈ। ਇਹ ਰਿਪੋਰਟ 'ਚ ਉਹਦੇ ਵਿੱਚ ਹੀ ਲਿਖਿਆ ਵੀ ਸ਼ਹਿਦ ਦੀਆਂ ਮੱਖੀਆਂ ਭਿਣ ਭਣਾਉਂਦੀਆਂ ਨੇ, ਉਹਨਾਂ ਦਾ ਸੰਗੀਤ ਬੜਾ ਪਿਆਰਾ ਲੱਗਦਾ, ਉਹ ਬਜ਼ੁਰਗਾਂ ਨੂੰ ਬੱਚਿਆਂ ਨੂੰ ਉਹ ਉੱਥੇ ਦੇਖਣ ਆਉਂਦੇ ਨੇ, ਉਹਨਾਂ ਨੂੰ ਸੁਣਨ ਆਉਂਦੇ ਨੇ ਸੰਗੀਤ ਨੂੰ, ਅਤੇ ਜੇ ਉਹ 4 ਖੋਖੇ ਰੱਖ ਲੈਣ ਅਤੇ 500-500 ਦੀ ਫੀਸ ਲਾ ਦੇਣ, 2000 ਰੁਪਏ ਦੀ ਇਹਦੀ ਆਮਦਨ ਹੋ ਸਕਦੀ ਹੈ। ਜੇ ਉਹ ਜੈਕ ਫਰੂਟ ਦੀ ਖੇਤੀ ਕਰ ਲੈਣ ਤਾਂ ਉਹਦੇ ਨਾਲ ਬੜੀ ਆਮਦਨ ਵੱਧ ਸਕਦੀ ਹੈ। ਆ ਉਸ ਰਿਪੋਰਟ ਜਿਹੜੀ 6 ਮਹੀਨੇ ਲਾ ਕੇ ਬੜੀ ਮਿਹਨਤ ਨਾਲ ਬੜੇ ਦਾਨਸ਼ਮੰਦਾਂ ਨੇ ਬੜੀ ਉਸ ਨਾਲ ਤਿਆਰ ਕਰੀ ਆ, ਉਹਦੇ ਮੈਂ ਕੁਛ ਅਨਸਰ ਦੱਸੇ ਨੇ। ਸੋ ਉੱਥੋਂ ਪਤਾ ਲੱਗਦਾ ਹੈ ਵੀ ਟੋਟਲ ਪੋਲਿਟਿਕਸ, ਕਿਸੇ ਨੇ ਉਹਦਾ ਕੁਐਸਚਨ ਨਹੀਂ ਕਰਿਆ, ਅਸੈਂਬਲੀ 'ਚ ਵੀ ਉਹ ਪੇਸ਼ ਹੋ ਗਈ, ਉਹਦੇ ਉੱਤੇ ਜਾਤੀ ਤੋਂ ਇਹ ਪਤਾ ਲੱਗਦਾ ਗੰਭੀਰਤਾ ਕਿੱਥੇ ਹੈ, ਕਿੰਨਾ ਕੁ ਮੁੱਦੇ ਨੇ ਉਹਦੇ ਵਿੱਚ। ਸ਼ਾਇਦ ਤਾਂ ਦਿਖੇ ਨਹੀਂ 1%, ਜੇ ਕਿਸੇ ਨੇ ਜੈਕ ਫਰੂਟ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਸ਼ਾਇਦ ਤਾਂ ਦਿਖੇ ਨਹੀਂ 1% ਵੀ, ਜੇ ਜੈਕ ਫਰੂਟ ਦੀ, ਜੇ ਜੈਕ ਫਰੂਟ ਮੈਨੂੰ ਚਰਚਾ ਹੋ ਜੇ, ਹਾਂ ਸੋ ਇਸ ਕਰਕੇ ਡਿਮਾਂਡ ਵੀ ਨਹੀਂ ਕੀਤੀ, ਜਿਵੇਂ ਵੀ ਚਰਚਾ ਹੋ ਜੇ, ਚਰਚਾ ਹੋਣੀ ਚਾਹੀਦੀ ਸੀ, ਚਰਚਾ ਹੋਏ, ਇਹ ਰਿਪੋਰਟ ਤੇ ਚਰਚਾ ਹੀ ਨਹੀਂ ਕੀਤੀ, ਕਿ ਨਾ ਖਤਮ ਹੋ ਗਿਆ ਚਰਚਾ ਹੀ ਨਹੀਂ। ਜਤਾਰ ਸੰਗੇੜਾ, ਇੱਕ ਬਹੁਤ ਮਹੱਤਵਪੂਰਨ ਸਵਾਲ ਹੈਗਾ, ਔਰਤਾਂ ਨੂੰ 50% ਰਾਖਵਾਂ ਕਰ, ਉਹ ਜ਼ਮੀਨ ਤੇ ਕਿੰਨਾ ਉਤਰਿਆ? ਦੇਖੋ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ, ਇਹ ਜਿਹੜੀ ਉਹ ਇਹ ਵੀ ਚੀਜ਼ ਉਹ 1% ਦੇ ਵਿੱਚ ਹੀ ਆਉਂਦੀ ਹੈ, ਸਿਰਫ ਐਲਾਨ ਹੀ ਕੀਤੇ ਆ ਸਾਰੇ, ਜਿਸ ਤਰ੍ਹਾਂ ਹਮੀਰ ਜੀ ਨੇ ਦੱਸਿਆ ਪਹਿਲਾਂ 18 ਮਾਰਚ 2017 ਨੂੰ ਜੋ ਪਹਿਲਾਂ ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖੇ ਸੀ ਉਹਨਾਂ ਦੀਆਂ ਜਿਹੜੀਆਂ ਮੁੱਖ ਗੱਲਾਂ ਸੀਗੀਆਂ, ਉਹਨਾਂ ਨੂੰ ਉਹਦੇ ਵਿੱਚ ਕਿਹਾ ਵੀ ਇੰਨਾ ਟਾਈਮ ਲਾਈਨ ਫਿਰ ਬਣਾਤੀ, ਜਿਹੜਾ ਗੁਰਪ੍ਰੀਤ ਸੰਧੂ ਜੀ ਗੁੱਸਾ ਕਰ ਰਹੇ ਆ ਮੈਂ ਵਿੱਚ ਕਿਉਂ ਕਹਿੰਦਾ ਹਾਂ, ਉਹਨਾਂ ਦੀ ਟਾਈਮ ਲਾਈਨ ਪਾਰਟੀ ਨੇ ਦੁਬਾਰਾ ਰੱਖੀ ਆ ਵੀ ਅਸੀਂ ਇੰਨੀ ਦੇਰ 'ਚ ਲਾਗੂ ਕਰਾਂਗੇ। ਉਹਦੇ ਵਿੱਚ ਜਿੱਦਾਂ ਗਰਗ ਸਾਹਿਬ ਨੇ ਦੱਸਿਆ ਆ, ਉਹਦੇ ਵਿੱਚ ਕਰਪਸ਼ਨ ਰੋਕਣ ਲਈ ਵੀ ਕੋਈ ਪੈਸਾ ਨਹੀਂ ਲੱਗਦਾ, ਰਾਦਰ ਇਨਕਮ ਵਧਣੀ ਸੀਗੀ, ਉਹਦੇ ਵਿੱਚ ਹੀ ਨਸ਼ਾ ਰੋਕਣ ਲਈ ਵੀ ਮੈਨੇਜਮੈਂਟ ਹੀ ਕਰਨੀ ਸੀਗੀ, ਨਸ਼ਾ ਛਡਾਊ ਕੇਂਦਰ ਬਣੇ ਹੋਏ ਆ, ਹੋਸਪਿਟਲ ਹੈਗੇ ਆ, ਉਹਦੇ ਵਿੱਚ ਵੀ ਬਹੁਤਾ ਐਡੀਸ਼ਨਲ ਪੈਸਾ ਨਹੀਂ ਸੀ ਚਾਹੀਦਾ, ਜੇ ਉਹਨੂੰ ਵੀ ਚੰਗੀ ਤਰ੍ਹਾਂ ਲਾਗੂ ਕਰਦੇ। ਰਾਦਰ ਉਹ SIT ਬਣਾਈ, ਉਸ ਤੋਂ ਬਾਅਦ ਆਪਸ ਵਿੱਚ ਹੀ ਪੁਲਿਸ ਵਾਲਿਆਂ ਦੀ ਲੜਾਈ ਲੜੂਈ ਕਰ ਕਰਾ ਕੇ ਤਾਂ ਹੋਰ ਹੀ ਕੁਛ ਬਣਾਤਾ। ਸੋ ਕਿਸੇ ਵੀ ਗੱਲ 'ਤੇ ਗੰਭੀਰਤਾ ਤਾਂ ਦਿਖਾਈ ਨਹੀਂ ਹੈ, ਉਹ ਵੀ ਐਲਾਨ ਕੀਤਾ ਔਰਤਾਂ ਦੇ ਰਾਖਵਾਂ ਕਰਨ ਦਾ, ਅਤੇ ਬਾਕੀ ਆ ਜਿਹੜੀ ਕਮੇਟੀਆਂ ਬਣਾਈਆਂ ਉਹਨਾਂ ਦੇ ਕਿੰਨੇ ਹਾਸੋ ਹਿਣੇ ਜਿਹੜੀ ਰਿਕਮੈਂਡੇਸ਼ਨ ਆ, ਭਾਵੇਂ ਸਾਡਾ ਬੰਦਾ ਵੀ ਉਹਦੇ ਵਿੱਚ ਹੈ ਇੱਕ, ਪਰ ਸਾਡੇ ਬੰਦੇ ਨੂੰ ਕਦੀ ਬੁਲਾਇਆ ਨਹੀਂ ਹੈ। ਰਹੀ ਗੱਲ ਵਿਧਾਨ ਸਭਾ 'ਚ ਇਸ ਰਿਪੋਰਟ 'ਤੇ ਡਿਸਕਸ਼ਨ, ਉਹ ਹੁਣ ਬੰਦੇ ਤੁਹਾਡੇ ਨਾਲ ਹੀ ਨਹੀਂ ਹੈਗਾ, ਨਹੀਂ ਦੇਖੋ ਦੂਸਰੀ ਗੱਲ ਇਹ ਵਿਧਾਨ ਸਭਾ ਦੇ ਵਿੱਚ ਜੋ ਕੁਛ ਹੋਇਆ ਤੁਹਾਨੂੰ ਪਤਾ ਹੀ, ਉੱਥੇ ਟਾਈਮ ਕਿੰਨਾ ਦਿੱਤਾ ਜਾਂਦਾ ਹੈ ਮੁੱਦਿਆਂ ਤੇ ਗੱਲ ਕਰਨ ਲਈ, ਅਸੀਂ ਤਾਂ ਪਹਿਲਾਂ ਤੋਂ ਹੀ ਮੰਗ ਕਰਦੇ ਹਾਂ ਉਹਦਾ ਟਾਈਮ ਬਿਲਾਓ, ਸਾਨੂੰ ਗੱਲ ਕਰਨ ਦਿਓ ਉੱਥੇ। ਠੀਕ ਹੈ ਹਮੀਰ ਸਿੰਘ ਜੀ, ਪਤੀ ਸਰਪੰਚ, ਪਤੀ ਪ੍ਰਧਾਨ ਸਮਾਜ, ਪਤੀ ਹੀ ਫੈਸਲੇ ਕਰਦੇ ਆ, ਇਹਨਾਂ ਪਤੀਆਂ ਦੇ ਜਵਾਬ ਦੇ ਵਿੱਚ ਔਰਤਾਂ ਨੂੰ, ਪਤਨੀਆਂ ਨੂੰ ਉਤਾਰਿਆ ਗਿਆ ਮੈਦਾਨ ਦੇ ਵਿੱਚ, ਇੱਕ ਬਹੁਤ ਵੱਡਾ ਫੈਸਲਾ, ਇਹਨੂੰ ਥੋੜ੍ਹਾ ਜਿਹਾ ਪ੍ਰਚਾਰਿਆ ਵੀ ਗਿਆ, ਇਹ ਪ੍ਰਚਾਰਿਆ ਗਿਆ ਅਤੇ ਜ਼ਮੀਨ 'ਤੇ ਕਿੰਨਾ ਉਤਾਰਿਆ ਗਿਆ? ਅਸਲ ਦੇ ਵਿੱਚ ਇਹ ਹੈ ਕਿ ਇਹ ਇੱਕ ਇਕੱਲਾ ਟੈਕਨੀਕਲ ਮਾਮਲਾ ਨਹੀਂ ਹੈ, ਇੱਕ ਪ੍ਰੋਸੈਸ ਹੈ। ਪੋਲੀਟੀਕਲ ਪਾਰਟੀਆਂ ਦੀਆਂ ਸਿਆਸੀ ਰੈਲੀਆਂ 'ਚ ਕਿੰਨੀਆਂ ਔਰਤਾਂ ਦੇਖਦੇ ਹੋ ਤੁਸੀਂ? ਜੇ 50,000 ਦਾ ਇਕੱਠ ਹੈ, 20-30, 50-100, 200-400, ਕਿਉਂ? ਕਿਉਂਕਿ ਅਸੀਂ ਇੱਕ ਮਾਹੌਲ ਹੀ ਪੈਦਾ ਨਹੀਂ ਕਰ ਰਹੇ ਆਪਣੇ ਬੱਚਿਆਂ ਵਾਸਤੇ ਜਾਂ ਔਰਤਾਂ ਵਾਸਤੇ। ਉੱਥੇ ਜਦੋਂ ਪੋਲੀਟੀਕਲ ਪਾਰਟੀਆਂ ਦਾ ਫਿਰ ਰੈਲੀ ਜਿਸ ਮਾਹੌਲ 'ਚ ਆਉਂਦੀ ਹੈ, ਜਿਸ ਮਾਹੌਲ 'ਚ ਜਾਂਦੇ ਹਾਂ,
जिस माहौल च वापस आने वो माहौल ही उन्होंने स्पेस नहीं दे रहा। दूजी गल किसी पिंडां दे विच पोलिंग एजेंट जिन्ने बैठते हैं इन्हां मामलों के किन्नियां औरतां नूं जां अपने बच्चों तो असी उत्साहित करके कहने कि तुसीं पोलिंग एजेंट बैठ जाओ और मैनूं यह पता लग्या कि ऐतकी कुछ थावां ते कुड़ियां पोलिंग एजेंट बैठियां ने वह भी आ पिंड बचाओ पंजाब बचाओ के उत्साह जिथे भी कि और कैदूपुर जोन ब्लाक समिति च कुड़ियां पॉजिटिव साइन जो पढ़िया लिखिया बच्चियां और थूही जोन च लिखे एक एम ए पास कुड़ी वो मनरेगा से काम करती सी खड़ी हुई इंडिपेंडेंट पर शाम को 3:30 बजे जाके बाहरले 50 बंदिया ने जाके ठप्पे जो लाए ने उहदे हाजरी च सोशल मीडिया से उहदे चल रहा सारा सारा और उन्होंने वीडियो मूवी भी बनाई है क्योंकि वो कुड़ी जित भी रही थी इंडिपेंडेंट बतौर किसी उस सारे मामले के असी उन्होंने डिसकरेज करते हैं करना तो उत्साह चाहिए ना जो चीज जो बच्चे उस लैवल से आन और एक साडा माइंड सैट भी है पंजाबी बंदे का मैं ये लगता है माइंड सैट साडा यह है कि साडियां बच्चियां असी इत्थे मौका नहीं देना चाहते विदेश इंदिरा गांधी एयरपोर्ट से जरूर छड्डिया उन्हें कि विदेश बग जाओ तो उत्थे पैसे कमाओ जिन्ने भी मर्जी सानू यह पिंड तो अपने घर तो शुरू करना पएगा कि उन्होंने सरगर्म समाजिक और बाकी सियासी सरोकारां नाल भी मौका दिता जाए बराबर का ट्रेंड होण कुड़ियां वैसे तो टीचर वध कुड़ियां ने हुण और हर क्लास के पढ़ाई च कुड़ियां सब के सामने है कि वह टॉपर होंदिया ने मुकाबलतन जे उन्होंने सोशल फील्ड के बाबिया के धार्मिक दवान भी बीबिया ही लगते हैं सब तो व्डे तो इन्होंने असं समाजिक इधर लियाना पेगा ये माइंड सैट का सवाल माइंड सैट तक मैं एक गल ऐड करनी चाहना हमीर जी की गल जिथे कि पहला सरपंच बने भी है ना बहुत थावां ते उत्थे जिथे औरत सरपंच है उत्थे मैं कई थावां ते देखा मैं फील्ड में भी रहा जो मैं ऑफिसर सीगा भाई वह कहें फलाना सिंह सरपंच है फलाना सिंह सरपंच है कई बार पता लगता है भाई घर वाली आ सच सरपंच आले दुआले ही चलता ना क्योंकि उ दसदा भाई इतने साइन कर दे इतने अंगूठा ला दे ते मोर सरपंच हसबेंड को होंगी है भावें वह भी चलो एक प्रोसैस है क्योंकि कोई की लेडी बनेगी हौली हौली ता ही आएगा अपने पंजाब की सियासत गवाह है संगेड़ा साहब औरतों को कितनी कमांड मिली है पंजाब की सियासत गवाह है जो पंजाबी मानसिकता हमीर जी ने कही मैं कहता सही है सारे गवाह है जेडी मेल डोमिनेंस है इथे असि ये तो चाहने आ पे रखड़ी बंद वे पर रहे डिपेंडेंट मैं भी कोशिश की थी औरतों को सदा भेजा सी असि नहीं वो इथे डिबेट विच नहीं आए सानू भी दिक्कत हैगी है क्योंकि असं भी कोशिश करते हैं कि वो डिबेट में भी शामिल हो नहीं आए वो दिक्कत बहुत है माइंड सैट की गल जी हमीर सिंह की वो बड़ी पॉजिटिव हैगी है कि माइंड सैट जो बदलेंगे तो सब कुछ पॉजिटिव होना शुरू हो जाएगा ब्रेक तो वापस आ रहे हैं पेंडू चोणां च नवां की होया असं चर्चा कर रहे हैं पंजाब का आर्थिक समाजिक संकट आ जिहड़ा उहदा हल कोई लभेगा तो सवाल उन्होंने लीडर से भी है जे पिंड आपदा सियासी सफर शुरू करते हैं सारे कितने जाके दसते मैं इस पिंड का वासी हैगा इस पिंड का बछिंदा तो मैं इतों तक पहुँच गया पर वो वापस पिंड बोर्डा किमें हैगा वापस आंदा किमें हैगा वो आंदा इस करके है कि इतों वोटा लैनिया है इस करके नहीं आता कि इस पिंड में सवारना है ब्रेक तो वापस आ रहे हैं पेंडू चोणां च नवां की होया ब्रेक तो बाद एक बार फिर तुहाडा स्वागत है पेंडू चोणां च नवां की होया असी चर्चा कर रहे हैं तो जो ब्रेक होंदी है ब्रेक में भी चर्चा चलती रहती है चर्चा होनी लाजमी हैगी जे चर्चा बंद होगी इहदा मतलब ये सारे अपने मंतव च कामयाब हो जाएंगे तो कामयाब भी साडी इस गल च हैगी जो असी जागरूक हो जावांगे तो जागरूक करने वास्ते असी कोशिश करते हैं कि चर्चा होवे डॉक्टर पहला गर्ग सूबे के समाजिक ताने बाने ते तुसीं गल कर ली है आर्थिक संकट का थोड़ा बहुत जिक्र कर लिया मेरा सवाल है कि इन चोणां जरिए समाजिक आर्थिक संकट हल हुंदा दिखाई दिंदा जां इन्हां नूं उन्ने अधिकार मिलते हैं जां सिर्फ ये बयानबाजी देखो जिथों तक सवाल है चोणां दा आपदा एक पॉजिटिव तरीका है चोणां होनियां जरूरी ने ये संस्थावां बननियां जरूरी ने पिंडां दे गवर्नेंस वास्ते ते विकास वास्ते ने ते इहदे विच 50% औरतां दी जिहड़ी रिजर्वेशन है वो कानून ये थोड़ा कहिंदा वी सरपंच दा पति आके बह जाए वो कानून इन्ना तां इंप्लीमेंट करी जा सकदा वी ये वो आप मेरा सवाल यह सीगा जे पिंडां दी गवर्नेंस दी तुसीं गल करदे हो उहनां नूं अधिकार मिलने चाहीदे 29 विभागां दी गल हुंदी है 2-2.5 उहनां नूं मिलदे हैगे मेरा सवाल है कि वो सूबे दे समाजिक आर्थिक संकट ते कोई हल कढ सकदे आ कि नहीं कढ सकदे मैं कहना कढ सकदे ने बड़ा सौखा मैं दसदा मैं थोड़ी एक छोटी जी एग्जाम्पल दे के दसांगा मनरेगा दे अधीन अपने की है पानी दा संकट है मिट्टी खराब होगी हवा खराब होगी बेरोजगारी है लोगों नूं बीमारियां ने सेहत दियां लोगों की जिहड़ी एजुकेशन वो खराब हो रही है ये सारा औरतों की भुगत नहीं बन रही दलतों की भुगत नहीं बन रही जिहड़ियां पंचायती जमीनां उन्हां दे कब्जे नजायज हो रहे ने दलतों नूं उन्हां दा हिस्सा नहीं मिलता पंज मरले प्लाट गलत मिल रहे ने ते जे जिहनूं हक आ उहनूं मिलदा नहीं जिहड़ियां वैलफेयर स्कीमां ने उह उहनां नूं मिलदियां नहीं जिहड़े हक वाले ने कईआं नूं दूजे नूं मिल जांदियां ने कईआं नूं जोई नहीं मिलदियां ये सारे कासे का और पंजाब की आमदन जी डी पी का वधना खेती क्योंकि घाटे च है ये हल है कि
ਪੰਜਾਬ ਦੇ ਵਿੱਚ ਗ੍ਰਾਮ ਸਭਾ ਕਰਕੇ ਪਹਿਲੀ ਗੱਲ ਸਾਰੇ ਫੈਸਲੇ ਇਨਸਾਫ਼ ਦੇ ਕਰਨੇ ਸਿੱਖਣਗੇ ਲੋਕ। ਜਦੋਂ ਗ੍ਰਾਮ ਸਭਾ ਦੇ 20% ਬੰਦੇ ਗ੍ਰਾਮ ਸਭਾ ਆਪੇ ਬੁਲਾ ਸਕਦੇ ਨੇ, ਗ੍ਰਾਮ ਸਭਾ ਦੋ ਵਾਰੀ ਹੋਣੀ ਜ਼ਰੂਰੀ ਹੈ, ਹੋਈ ਨਹੀਂ ਕਿਤੇ ਪੰਜਾਬ 'ਚ, ਸਜ਼ਾ ਕਿਸੇ ਨੂੰ ਦਿੱਤੀ ਨਹੀਂ ਗਈ, ਸਰਪੰਚ ਨੇ ਆਟੋਮੈਟਿਕ ਸਸਪੈਂਡ ਹੋਣਾ। ਹੁਣ ਉਹ ਗ੍ਰਾਮ ਸਭਾ ਜਦ ਫੈਸਲਾ ਹੋਏਗਾ ਵੀ ਇਹਨਾਂ ਦੇ ਮਨਰੇਗਾ ਕਾਰਡ ਬਣ ਗਏ, 100 ਦਿਨ ਦੀ ਦਿਹਾੜੀ ਮਿਲਣੀ ਹੈ, 240 ਰੁਪਏ ਦਿਹਾੜੀ ਹੈ, 24,000 ਸਿੱਧਾ ਗਿਆ, 40% ਮਟੀਰੀਅਲ ਕੋਸਟ ਮਿਲਣੀ ਹੈ। ਦੂਜੀ ਗੱਲ, ਉਹਨੇ ਪਿੰਡ ਦੇ ਵਿੱਚ ਲਗਾਤੇ ਪੇੜ, ਜੇ ਪੇੜ ਉਹਨਾਂ ਨੇ 200 ਪੇੜ ਵੀ ਲਗਾਤਾ, 100 ਪੇੜ ਫਰੂਟ ਵਾਲਾ, 100 ਦੂਜਾ, ਨਾਲੇ ਤਾਂ ਉਹ ਮੀਂਹ ਦਾ ਜਿਹੜਾ ਪਾਣੀ ਆਊਗਾ ਧਰਤੀ 'ਚ ਜੜਾਂ ਨਹੀਂ ਜਾਏਗਾ, ਜਿਹੜਾ ਬੋਰ ਡੂੰਘੇ ਕਰਨੇ ਪੈਂਦੇ ਰੋਜ਼, ਬੋਰ ਬੈਠ ਜਾਂਦੇ ਨੇ, ਉਹਦਾ ਮਸਲਾ ਹੱਲ ਹੋਏਗਾ। ਦੂਜਾ ਉਹ ਜਿਹੜਾ ਫਰੂਟ ਟ੍ਰੀ ਹੈ ਉਹ 'ਚੋਂ ਜਿਹੜੇ ਫਲ ਥੱਲੇ ਗਿਰ ਗਏ, ਜੋ ਪੁਰਾਣੇ ਜ਼ਮਾਨੇ 'ਚ ਵੀ ਹੁੰਦਾ ਸੀ, ਉਹ ਗਰੀਬ ਗੁਰਬਾ ਉੱਦਾਂ ਚੁੱਕ ਕੇ ਖਾ ਲੇਗਾ, ਅਤੇ ਜਿਹੜੇ ਦੂਜੇ ਉੱਤੇ ਬੱਗੇ ਨੇ ਉਹਨਾਂ ਨੂੰ ਪੰਚਾਇਤ ਸਸਤੇ ਪਿੰਡ 'ਚ ਵੇਚ ਲੇਗੀ, ਉਪਲਬਧ ਹੋ ਜਾਣਗੇ, ਅਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਵਿਟਾਮਿਨਾਂ ਦੀ ਕਮੀ ਹੈ, ਨਿਊਟ੍ਰੀਸ਼ਨ ਦੀ ਕਮੀ ਉਹ ਘਟੇਗੀ, ਅਤੇ ਉਹਦੇ ਘਟਣ ਨਾਲ ਲੋਕਾਂ ਨੂੰ ਬਿਮਾਰੀਆਂ ਘੱਟ ਹੋਣਗੀਆਂ, ਉਹਨਾਂ ਦੀ ਲੜਨੀ ਸ਼ਕਤੀ ਬਿਮਾਰੀਆਂ ਦੇ ਵਿਰੁੱਧ ਵਧੇਗੀ। ਫਿਰ ਉਹਨਾਂ ਪੇੜਾਂ ਦੇ ਉੱਤੇ ਤਕਰੀਬਨ ਪੰਜਾਬ ਦੇ ਵਿੱਚ ਅਸੀਂ ਕੈਲਕੂਲੇਟ ਕਰਿਆ, 70,000 ਬੰਦੇ ਨੂੰ ਵਾਈਟ ਕਾਲਰ ਜੋਬ ਮਿਲੇਗਾ, ਨੌਜਵਾਨ ਨੂੰ ਜਿਹੜਾ ਵਿਹਲਾ ਫਿਰਦਾ, ਕਿਉਂਕਿ ਉਹਦੇ 'ਚ ਮੇਟ ਚਾਹੀਦੇ ਨੇ, ਹਰ 50 ਕਾਰਡਾਂ ਪਿੱਛੇ ਇੱਕ ਮੇਟ ਚਾਹੀਦਾ, ਉਹਦੇ ਵਿੱਚ JEE ਚਾਹੀਦੇ ਨੇ, ਹਰ ਸਰਕਲ ਦੇ ਉੱਤੇ। ਜਿੰਨੀਆਂ ਗੱਲਾਂ ਤੁਸੀਂ ਦੱਸਦੇ ਬੇਟਾ ਪਹਿਲਾਂ ਕਰਕੇ, ਹਾਂਜੀ ਜਿੰਨੀਆਂ ਗੱਲਾਂ ਤੁਸੀਂ ਦੱਸਦੇ ਪਏ, ਹਾਂਜੀ ਇਹ ਸਿਆਸਤ ਨੂੰ ਨਹੀਂ ਪਤਾ? ਨਹੀਂ ਨਹੀਂ ਸਿਆਸਤ ਤਾਂ ਪੜ੍ਹਦੀ ਨਹੀਂ, ਸਿਆਸਤ ਤਾਂ ਕਹਿੰਦੇ ਹੋ ਹੀ ਨਹੀਂ ਸਕਦਾ, ਇਹ ਤਾਂ ਮੰਗ ਤੇ ਬਣਦੀ ਗੱਲ ਹੈ। ਸਿਆਸਤ ਨੇ ਸ਼ਾਇਦ ਕਿੱਥੋਂ ਪੜ੍ਹ ਲਿਆ? ਸ਼ਾਇਦ ਵਾਲਾ ਸਿਆਸਤ ਨੇ ਤਾਂ ਇਹ ਵੀ ਕਹਿੰਦੇ, ਸ਼ਾਇਦ ਵਾਲਾ ਸਫਾ ਕਿੱਥੋਂ ਪੜ੍ਹ ਲਿਆ? ਸਿਆਸਤ ਨੇ ਜਿਹੜੇ ਸ਼ਾਇਦ ਸੁਣਾਉਂਦੇ ਫਿਰਦੇ ਆ, ਸਿਆਸਤ 'ਚ ਤਾਂ ਜਦ ਵੀ ਅਸੀਂ ਗੱਲ ਕਰਕੇ ਦੇਖੀ ਹੈ, ਦੇਖੋ ਐਵੇਂ ਕਹਿ ਲਈਏ, ਸਾਰੀਆਂ ਪਾਰਟੀਆਂ ਦੇ MP MLA ਸਾਡੀਆਂ ਕਾਨਫਰੰਸਾਂ 'ਚ ਆਏ ਨੇ, ਉੱਥੇ ਉਹਨਾਂ ਨੇ ਬੜੀ ਵਧੀਆ ਗੱਲ ਕਰੀ ਹੈ, ਅਕਾਲੀਆਂ ਨੇ ਵੀ, ਆਪ ਵਾਲਿਆਂ ਨੇ ਵੀ, ਕਾਂਗਰਸ ਵਾਲਿਆਂ ਨੇ ਵੀ, ਕਿ ਜੀ ਅਸੀਂ ਇਹਦੇ ਉੱਤੇ ਕੋਸ਼ਿਸ਼ ਕਰਾਂਗੇ, ਪਰ ਇਹ ਕੋਸ਼ਿਸ਼ ਹੈ, ਯਾਨੀ ਕਿ ਪਿੰਡਾਂ ਕੋਲੇ ਚਾਬੀ ਹੈਗੀ ਆ ਪੰਜਾਬ ਦੇ ਸੰਕਟ ਦੇ, ਬਿਲਕੁਲ ਹੈਗੀ ਆ ਪਿੰਡਾਂ ਕੋਲੇ, ਜਗਤਾਰ ਸਿੰਘ ਜਿਹੜਾ ਪਿੰਡਾਂ ਕੋਲੇ ਚਾਬੀ ਹੈਗੀ ਆ, ਪਿੰਡਾਂ ਵਾਲਾ ਪੰਜਾਬ ਅਸੀਂ ਕਹਿੰਦੇ ਹਾਂ, ਅਸੀਂ ਕਹਿੰਦੇ ਸਾਡਾ ਅਮੀਰ ਵਿਰਸਾ, ਵਿਰਸਾ ਜਿਹੜਾ ਪੰਜਾਬ ਦਾ ਜਾ ਰਿਹਾ ਹੈਗਾ, ਖਜ਼ਾਨਾ ਸਾਡਾ ਖਾਲੀ ਹੋ ਗਿਆ, ਕਿਸਾਨ ਸਾਡੇ ਮਰ ਰਹੇ ਆ, ਜਵਾਨੀ ਸਾਡੀ ਇੱਥੋਂ ਜਾ ਰਹੀ ਹੈ, ਸਾਡੇ ਕੋਲ ਬਚਣਾ ਕੀ ਹੈ? ਦੇਖੋ ਪਿੰਡ ਇੱਕ ਸਾਜਿਸ਼ ਅਧੀਨ ਖਤਮ ਕੀਤੇ ਜਾ ਰਹੇ ਆ, ਪਿੰਡ ਕਾਫੀ ਹੱਦ ਤੱਕ ਖਤਮ ਕੀਤੇ ਗਏ, ਤੁਸੀਂ ਦੇਖ ਲਓ ਜਿਹੜਾ ਵੀ ਕੋਈ ਬੱਚੇ ਨੂੰ ਨੌਕਰੀ ਬਾਹਰ ਮਿਲਦੀ ਆ ਉਹ ਮੁੜ ਕੇ ਪਿੰਡ ਵਾਪਸ ਨਹੀਂ ਜਾਂਦਾ ਹੈਗਾ, ਜਿਹੜਾ ਵੀ ਲੀਡਰ ਆ ਤੁਸੀਂ ਕਹਿ ਚੁੱਕੇ ਹੋ ਪਿੰਡ 'ਚੋਂ ਉੱਠ ਕੇ ਲੀਡਰ ਬਣਦਾ ਆ, ਉਹ ਵਾਪਸ ਪਿੰਡ ਨਾਲ ਜਿਹੜਾ ਰਾਬਤਾ ਰੱਖਦਾ ਇਸ ਕਰਕੇ ਰੱਖਦਾ, ਉੱਥੋਂ ਟਿਕਟ ਲੈਣੀ ਆ ਅਤੇ ਬਾਅਦ 'ਚ ਉੱਥੋਂ ਜਿੱਤਣਾ ਹੈਗਾ ਆ। ਪਿੰਡ ਦੇ ਸਕੂਲ ਖਤਮ ਹੋ ਗਏ, ਡਿਸਪੈਂਸਰੀ ਖਤਮ ਹੋ ਗਈ, ਸਿਹਤ ਸਹੂਲਤਾਂ ਖਤਮ ਹੋ ਗਈਆਂ, ਮਤਲਬ ਰੁਜ਼ਗਾਰ ਖਤਮ ਹੋ ਗਿਆ, ਜਿੱਦਾਂ ਪਿਆਰੇ ਲਾਲ ਗਰਗ ਜੀ ਨੇ ਸਾਰਾ ਬੜਾ ਡਿਟੇਲ ਵਿੱਚ ਦੱਸਿਆ ਹੈ, ਪਰ ਉਹਦਾ ਸਲੂਸ਼ਨ ਹੈਗਾ ਆ, ਜਿੱਦਾਂ ਮਨਰੇਗਾ ਸਕੀਮ ਹੀ ਆ, ਇਹਦੇ ਬਾਰੇ ਜਾਂ ਗ੍ਰਾਮ ਸਭਾ ਬਾਰੇ ਹਮੀਰ ਜੀ ਨੇ ਤਾਂ ਇਹਦੇ ਬਾਰੇ ਬਹੁਤ ਕੁਛ ਲਿਖਿਆ ਆ, ਬਹੁਤ ਕੁਛ ਛਾਇਆ ਕੀਤਾ, ਮਤਲਬ ਉਹਨੂੰ ਸੰਜੀਦਗੀ ਦੇ ਨਾਲ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ ਪਿੰਡ ਬਚਾਓ, ਉਹਦੇ ਵਿੱਚ ਵੀ ਇਹ ਪੰਜਾਬ ਬਚਾਓ ਪਿੰਡ ਬਚਾਓ ਮੂਵਮੈਂਟ ਦੇ ਅਧੀਨ ਵੀ ਇਹਨਾਂ ਨੇ ਬਹੁਤ ਕੁਛ ਕੀਤਾ ਹੈਗਾ, ਅਸੀਂ ਵੀ ਉਹਦੇ ਬਾਰੇ ਕਾਫੀ ਕੁਛ ਕੀਤਾ ਹੈਗਾ। ਗ੍ਰਾਮ ਸਭਾ ਨੂੰ ਇੱਕ ਜੀਵਤ ਕਰਕੇ, ਦੁਬਾਰਾ ਉਹਨੂੰ ਐਕਟੀਵੇਟ ਕਰਕੇ, ਤੇ ਮਨਰੇਗਾ ਸਕੀਮ ਦਾ ਹੀ ਨਹੀਂ ਅਜੇ ਤੱਕ ਫਾਇਦਾ ਉਠਾਇਆ। ਤੁਹਾਨੂੰ ਵੀ ਬਹੁਤ ਚੀਜ਼ਾਂ ਪਤਾ ਹੈਗੀ ਪਿੰਡ ਪਿੰਡ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ। ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੂੰਗਾ ਜਗਤਾਰ ਸਿੰਘ ਜਿਹੜਾ, ਤੁਹਾਡੇ ਕੋਲ ਕਈ ਥਾਵਾਂ 'ਤੇ ਉਮੀਦਵਾਰ ਨੇ ਤੁਹਾਨੂੰ ਲੱਭੇ ਗਏ, ਜੇ ਤੁਸੀਂ ਇਸ ਕੰਪੇਨ ਨੂੰ ਆਪਦੇ ਹੱਥੀ ਫੜ ਲਓ, ਜਿਹੜੀਆਂ ਬਾਕੀ ਸੰਸਥਾਵਾਂ ਚੁੱਕੀ ਫਿਰਦੀਆਂ, ਤੁਹਾਨੂੰ ਪਿੰਡਾਂ ਵਿੱਚ ਉਮੀਦਵਾਰ ਵੀ ਲੱਭ ਜਾਣਗੇ, ਲੋਕ ਵੀ ਜਾਗਰੂਕ ਹੋ ਜਾਣਗੇ, ਤੁਹਾਡਾ ਹੀ ਮਸਲਾ ਹੱਲ ਹੋ ਜੂਗਾ, ਭਾਈਚਾਰਕ ਸਾਂਝ ਵੀ ਮਜ਼ਬੂਤ ਹੋ ਜੂਗੀ, ਮੁੱਖ ਵਿਰੋਧੀ ਦੀ ਭੂਮਿਕਾ ਜਿਹੜੀ ਉਹ ਵੀ ਸ਼ੀਸ਼ੇ 'ਚ ਆਜੂਗੀ। ਅਸੀਂ ਇੱਧਰਲੇ ਪਾਸੇ ਲੱਗੇ ਹੋਏ ਹਾਂ, ਦੇਖੋ ਸਾਨੂੰ ਜਿਹੜੀ ਇੱਕ ਸੈਟਬੈਕ ਲੱਗੀ ਹੈ, ਮਤਲਬ ਉਹਦੇ ਵਿੱਚ ਹੁਣ ਮੈਂ ਚਲੋ ਇੱਥੇ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਉਹ ਮੁੱਦਾ ਨਹੀਂ ਹੈ ਅੱਜ ਦਾ, ਅਸੀਂ ਇੱਧਰ ਨੂੰ ਜਾ ਰਹੇ ਹਾਂ, ਅਸੀਂ ਨਵੇਂ ਸਿਰਿਓਂ ਸਾਰਾ ਕੁਛ ਪਿੰਡ ਪੱਧਰ ਤੋਂ ਲੈ ਕੇ ਸਾਰਾ ਕੁਛ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ, ਮਤਲਬ ਇਹ ਨਹੀਂ ਹੈ ਅਸੀਂ ਇਹ ਮੁੱਦੇ ਛੱਡਤੇ ਆ, ਕਿਉਂਕਿ ਸਾਡੇ ਕੋਲ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਅਸੀਂ ਇਹਨਾਂ ਚੀਜ਼ਾਂ ਨੂੰ ਚੱਕਣਾ ਸੀਗਾ, ਸਾਰਾ ਕੁਛ ਜੋ ਸਾਡੇ ਮੈਨੀਫੈਸਟੋ ਸੀਗੇ ਜੋ ਕੁਛ ਸੀਗਾ ਉਹ ਅਨਫਾਰਚੁਨੇਟਲੀ ਮਤਲਬ ਕੁਛ ਨਹੀਂ ਗੱਲ ਸਿਰੇ ਚੜ੍ਹ ਸਕੀ, ਪਰ ਮੈਂ ਤਾਂ ਇਹ ਕਹਿੰਦਾ ਅਸੀਂ ਇਹ ਹੀ ਕਾਫੀ ਨਹੀਂ ਹੈ, ਮਨਰੇਗਾ ਹੀ ਇੱਕ ਸੋਨੇ ਦੀ ਇਹ ਮੁਰਗੀ ਨਹੀਂ ਹੈ ਪੰਜਾਬ ਵਾਸਤੇ, ਬਟ ਮਨਰੇਗਾ ਦਾ ਕਾਫੀ ਫਾਇਦਾ ਉਠਾਇਆ ਜਾ ਸਕਦਾ ਹੈ, ਜਿਹਦਾ ਸਿੱਧਾ ਫਾਇਦਾ ਪਿੰਡਾਂ ਨੂੰ ਹੋਣਾ ਹੈ, ਉਹਦਾ ਵੀ ਨਹੀਂ ਉਠਾਇਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀਆਂ ਨੇ 5-5, 6-6 ਸਾਲ ਬਾਅਦ ਕਿਹਾ ਜੀ ਇਹ ਸਕੀਮ ਇਹ ਫੇਲ ਕਰਦੀ, ਅਫਸਰਾਂ ਨੇ ਕੰਮ ਨਹੀਂ ਕੀਤਾ, ਇਹ ਦੱਸਿਆ ਇੱਕ ਵੀ ਨਹੀਂ ਵੀ ਕਿਹੜੇ ਅਫਸਰ ਦੇ ਐਕਸ਼ਨ। ਠੀਕ ਹੈ ਠੀਕ ਹੈ ਜਗਤਾਰ ਸਿੰਘ ਜਿਹੜਾ, ਤੁਹਾਡੇ ਵੈਲਿਡ ਪੁਆਇੰਟ ਹੈ। ਗੁਰਪ੍ਰੀਤ ਸੰਧੂ ਜੀ, ਪਿੰਡਾਂ ਕੋਲੇ ਪੰਜਾਬ ਦੀ ਚਾਬੀ ਹੈਗੀ ਆ ਸੰਕਟ ਦੇ ਹੱਲ ਦੀ, ਅੱਜ ਤੋਂ ਥੋੜੋ ਹੈ, ਹਾਂ ਤੇ ਫਿਰ ਹਮੇਸ਼ਾ ਤੋਂ ਹੈ, ਹਮੇਸ਼ਾ ਤੋਂ ਹੈ ਨਾ, ਹਾਂਜੀ, ਤੇ ਫਿਰ ਅਸੀਂ ਪਿੰਡਾਂ ਤੋਂ ਮੂੰਹ ਕਿਉਂ ਮੋੜੀ ਬੈਠੇ ਆ? ਕੋਈ ਨਹੀਂ ਮੂੰਹ ਮੋੜਿਆ ਜੀ, ਪੰਜਾਬ ਸਰਕਾਰ ਨੇ ਤਾਂ ਬਿਲਕੁਲ ਨਹੀਂ ਮੋੜਿਆ, ਮੌਜੂਦਾ ਸਰਕਾਰ ਨੇ ਨਹੀਂ ਮੋੜਿਆ, ਰੌਲਾ ਕੀ ਹੈ? ਮੈਂ ਪਿਛਲੇ ਤੁਹਾਡੇ ਸੈਸ਼ਨ 'ਚ ਵੀ ਹੁਣੇ ਕਹਿ ਕੇ ਹਟਿਆ, ਜਿੰਨਾ ਚਿਰ ਸਰਕਾਰ ਜਦੋਂ ਆਉਂਦੀ ਹੈ ਸਰਕਾਰ ਨੇ ਉਹਦੇ ਕੰਮ ਕਰਨੇ ਹੁੰਦੇ ਆ ਟੂ ਦੀ ਬੈਸਟ ਆਫ ਇਟਸ ਐਬਿਲਿਟੀ, ਜਿਹੜੀ ਕਿ ਓਪੋਜੀਸ਼ਨ ਧਿਰ ਹੁੰਦੀ ਹੈ ਉਹ ਲੋਕਾਂ ਦੇ ਵਿੱਚ ਜਾ ਕੇ
ਪੁਆਇੰਟਿੰਗ ਫਿੰਗਰ ਦੈਟ ਦੀ ਗਵਰਨਮੈਂਟ ਆਹ ਨਹੀਂ ਹੋ ਰਿਹਾ ਵਾਹ ਨਹੀਂ ਹੋ ਰਿਹਾ, ਉਹਨਾਂ ਨੂੰ ਜੇ ਅਵੇਅਰ ਕਰਕੇ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨ, ਔਰ ਜਿਹੜੀ ਇਹ ਗ੍ਰਾਮ ਸਭਾ ਦੀ ਗੱਲ ਕਰਦੇ ਆ ਹੁਣ ਵਿਹਲੇ ਆ ਇਹ, ਸੋ ਐਵੇਂ ਥਾਂ ਥਾਂ 'ਤੇ ਜਾ ਕੇ ਉਹਨੇ ਆਹ ਨਹੀਂ ਕਰਿਆ, ਇਹਨਾਂ ਨੇ ਪ੍ਰੋਮਿਸ ਨਹੀਂ ਕਰਿਆ, ਇਹਨਾਂ ਨੇ ਗੁਟਕਾ ਸਾਹਿਬ ਫੜਿਆ ਸੀਗਾ, ਤੁਸੀਂ ਲੋਕਾਂ ਕੋਲ ਜਾ ਕੇ ਉਹਨਾਂ 'ਚ ਬੈਠੋ, ਉਹਨਾਂ ਨੂੰ ਸਮਝਾਓ, ਗ੍ਰਾਮ ਸਭਾ ਕਰੋ, ਗ੍ਰਾਮ ਸਭਾ ਕਰਕੇ ਪ੍ਰੈਸ਼ਰ ਪਾਓ ਸਰਕਾਰ 'ਤੇ, ਇਹ ਤਾਂ ਆਪਦਾ ਵਾਹ ਵਾਹ ਕਰਾਉਣ ਵਾਸਤੇ ਬਈ ਦੇਖੋ ਜੀ ਕਮਾਲ ਕਰਤੀ ਆਮ ਆਦਮੀ ਪਾਰਟੀ ਨੇ, ਇਹ ਕੰਮ ਪੰਜਾਬ 'ਚ ਨਹੀਂ ਹੋ ਰਿਹਾ, ਖੇਰੂੰ ਖੇਰੂੰ ਇੱਥੇ ਵੀ ਗੱਲਾਂ ਦਿੱਲੀ ਦੀਆਂ ਕਰਦੇ ਇਹ, ਰੌਲਾ ਸਿਰਫ ਇਹ ਹੈ ਸਿਰ ਪੈਰ ਵਾਲੀ ਗੱਲ ਕਰੋ ਯਾਰ, ਬੜੀ ਬੜੀ ਦਿੱਕਤ ਹੈ, ਮੁੱਦੇ ਹੈ ਹੀ ਨਹੀਂ ਗੇ, ਮੁੱਦਾ ਤੁਹਾਡਾ ਸ਼ੁਰੂ ਕੀਤਾ ਹੈ, ਤੁਹਾਡੀ ਪਾਰਟੀ ਦੋ ਫੜ ਹੋ ਗਈ, ਇਹਨਾਂ ਨੂੰ ਮੁੱਦਾ ਅਕਾਲੀਆਂ ਨੇ ਜਿਹੜਾ, ਮੈਂ ਦੱਸ ਰਿਹਾ ਨਾ ਜੇ 99 ਦੱਸ ਰਿਹਾ ਤੁਹਾਨੂੰ 99% ਜੇ ਮੁੱਦੇ ਨਹੀਂ ਉੱਠੇ ਨਾ ਤੇ ਤੁਹਾਡੀ ਸਾਰੀ ਸਿਆਸਤ ਆਪਦੀ ਪੱਟ ਉਧੜ ਚ ਲੱਗੀ, ਦੋ ਫੜ ਨਹੀਂ ਹੋਈ, ਤਰੇੜ ਆਈ ਹੈ, ਉਹ ਰਿਪੇਅਰ ਕਰ ਲਾਂਗੇ, ਠੀਕ ਹੈ, ਅੱਧਾ ਘੰਟਾ ਸਾਰੀਆਂ ਪਾਰਟੀਆਂ ਚ ਪ੍ਰੋਗਰਾਮ ਦੇ ਦਿਆ ਕਰੋ ਤਾਂ ਕਿ ਖੁੱਲ੍ਹ ਕੇ ਬੋਲਿਆ ਕਰ ਸਕਣ, ਨਾ ਦੇਖੋ ਸੰਧੂ ਸਾਹਿਬ ਇੱਕ ਮਿੰਟ, ਮਨੂ ਸਾਹਿਬ ਮੈਂ ਮੁੱਦੇ ਦੀ ਗੱਲ ਕਰ ਲਓ, ਇੱਕ ਲਫ਼ਜ਼ ਨਹੀਂ ਬੋਲਿਆ ਤੇਰੇ ਵਿੱਚ, ਤੁਸੀਂ ਇੱਕ ਲਫ਼ਜ਼ ਨਹੀਂ ਬੋਲਿਆ, ਪਿੰਡਾਂ ਚ ਜਾ ਕੇ ਤੁਸੀਂ ਲੁੱਟ ਲੁੱਟ ਖਾਈ ਚੱਲੋ, ਅਸੀਂ ਜਾ ਕੇ ਪਿੰਡਾਂ ਸਲਾਹ ਕਰੀ ਚਲੀਏ, ਤੁਹਾਡੇ ਤੇ ਪ੍ਰੈਸ਼ਰ ਪਾਈਏ, ਤੁਸੀਂ ਕਿਉਂ ਪੈਸੇ ਲੈ ਕੇ ਨਿਕਲ ਆਓ, ਤੁਸੀਂ ਬਾਹਰੇ ਕਰ ਫੇਰ ਇੱਥੇ ਆ ਜਾਓ, ਝੂਠ ਬੋਲ ਕੇ ਬਾਹਰੇ ਕਰਕੇ ਗੁਰਕਾ ਸਾਹਿਬ ਦੀ ਸੌਗਾ ਕਰਾਉਣਾ ਚਾਹ ਰਹੇ ਹੋ, ਤੁਸੀਂ ਕੰਮ ਕਰਨਾ ਤੁਹਾਡਾ ਫਰਜ਼ ਨਹੀਂ ਹੈ, ਅਸੀਂ ਤੁਹਾਡੇ ਤੇ ਦਬਾਅ ਪਾਈਏ ਫਿਰ ਤੁਸੀਂ ਕੰਮ ਕਰੋਗੇ, ਆਹ ਕੀ ਗੱਲਾਂ, ਇਹ ਇਸ ਸਵਾਲ ਦਾ ਜਵਾਬ ਤਾਂ ਦੇਣਾ ਬੰਦਾ ਹੈ, ਜੇ ਇਹਨਾਂ ਨੂੰ ਚੁੱਪ ਕਰਾਉਣਾ ਬੰਦਾ, ਇੱਕ ਮਿੰਟ ਜਦਾਰ ਸਿੰਘ ਨੂੰ ਚੁੱਪ ਕਰਾਉਣਾ, ਚਲੋ ਜਦਾਰ ਸਿੰਘ ਇੱਕ ਮਿੰਟ ਇੱਕ ਮਿੰਟ, ਡਾਕਟਰ ਗੁਰਪ੍ਰੀਤ ਸਿੰਘ ਇਸ ਸਵਾਲ ਦਾ ਜਵਾਬ ਦੇਣਾ ਤਾਂ ਬੰਦਾ ਹੈ ਕਿ ਜੇ ਉਹ ਆਪਦੀ ਭੂਮਿਕਾ ਨਹੀਂ ਨਿਭਾ ਰਹੇ, ਇਹਨਾਂ ਤੁਸੀਂ ਆਪਦੀ ਭੂਮਿਕਾ ਤੋਂ ਮੁਨਕਰ ਹੋ ਜਾਓਗੇ, ਇਹਨੂੰ ਚੁੱਪ ਕਰਾਉਂਗੇ, ਇੱਕ ਮਿੰਟ ਜਦਾਰ ਸਿੰਘ, ਨਾ ਚੁੱਪ, ਆ ਕੀ, ਇੱਕ ਮਿੰਟ ਜਦਾਰ ਸਿੰਘ, ਇੱਕ ਮਿੰਟ ਕੁੜਾ, ਆਪਾਂ ਜਵਾਬ ਨਹੀਂ ਦੇਣਾ, ਆਪਾਂ ਜਵਾਬ ਪਹਿਲਾਂ ਬੋਲ, ਪਹਿਲਾਂ ਵਿੱਚ ਇੱਕ ਮਿੰਟ ਆਰਾਮ ਨਾਲ ਬੈਠੋ, ਤਜ਼ੀਬ ਨਾਲ ਗੱਲ ਕਰੀਏ, ਆਪਾਂ ਤਜ਼ੀਬ ਕੀ ਹੈ, ਦਿਸ ਇਜ਼ ਨੋਟ ਤਜ਼ੀਬ, ਆਪਾਂ ਭਾਈ ਜਾਨ ਸਾਹਿਬ ਦੀ ਗੱਲ ਦੇ ਵਿੱਚ ਮੈਂ ਨਹੀਂ ਬੋਲਿਆਗਾ, ਡਾਕਟਰ ਸੰਧੂ ਕਮੋਰ ਐਜ਼ ਆ ਫੀਸ ਦਾ ਓਨਲੀ ਪਰਸਨ ਨੋਲੇਜੇਬਲ ਹੇਅਰ, ਡਾਕਟਰ ਸੰਧੂ ਮੇਰੇ ਸਵਾਲ ਦਾ ਜਵਾਬ, ਤੁਹਾਨੂੰ ਬਹੁਤ ਗਿਆਨ ਹੈ ਜੀ, ਤੁਸੀਂ ਬੋਲੋ, ਇੱਕ ਮਿੰਟ ਜੇ ਕਿਹੜੇ ਕੰਮ ਕੀਤੇ, ਇੱਕ ਮਿੰਟ ਜਿਦਾਰ ਸਿੰਘ ਜਿਹੜਾ, ਇੱਕ ਮਿੰਟ ਤੁਹਾਨੂੰ ਹੀ ਹੈ ਡਾਕਟਰ ਸੰਧੂ, ਜੇ ਵਿਰੋਧੀਆਂ ਨੇ ਆਪਦੀ ਭੂਮਿਕਾ ਨਹੀਂ ਨਿਭਾਈ, ਸਰਕਾਰ ਨੂੰ ਤਾਂ ਆਪਦੀ ਭੂਮਿਕਾ ਨਿਭਾਉਣੀ ਚਾਹੀਦੀ, ਐਬਸੋਲੂਟਲੀ, ਕੌਣ ਡਿਨਾਈ ਕਰਦਾ, ਸਰਕਾਰ ਵਿਦਨ ਪੈਰਾਮੀਟਰਸ ਕੰਮ ਕਰ ਸਕਦੀ ਹੈ ਔਰ ਕਰ ਰਹੀ ਹੈ, ਉਹ ਪੈਰਾਮੀਟਰ ਸਾਨੂੰ ਵੀ ਦੱਸਦੇ, ਤੁਸੀਂ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਸਾਰੇ ਇੰਨੇ ਸਿਆਣੇ ਬੈਠੇ ਹੈ ਐਂਕਰ ਸਾਹਿਬ, ਤੁਸੀਂ ਵੀ ਬਹੁਤ ਇੰਟੈਲੀਜੈਂਟ ਹੋ, ਮਨਰੇਗਾ ਸਾਨੂੰ 28 ਲੱਖ ਜੋਬ ਦੇ ਸਕਦਾ, ਅਕੋਰਡਿੰਗ ਟੂ ਪੈਰਲਲ ਗਰਗ ਐਂਡ ਐਵਰੀਬਡੀ, ਅਕੋਰਡਿੰਗ ਟੂ ਮੀ ਆਲਸੋ, ਕਿਹੜੀ ਮੂਰਖ ਸਰਕਾਰ ਇਹੋ ਜਿਹੀ ਹੋਊਗੀ ਜੇ ਮੁਫਤ ਦੀਆਂ ਜੋਬਾਂ ਮਿਲਦੀਆਂ, ਮੁਫਤ ਦੇ ਪੈਸੇ ਦੇਣੇ ਤੇ ਉਹ ਵੀ ਇੰਪਲੀਮੈਂਟ ਨਹੀਂ ਕਰ ਰਹੀ, ਡੂ ਯੂ ਥਿੰਕ ਇਟ ਦ ਕੈਬਨਿਟ ਇਜ਼ ਫੁੱਲ ਆਫ ਇਡੀਅਟਸ, ਨੋ, ਕੁਐਸਚਨ ਇਹ ਹੈ ਕਿ ਜਿਹੜੇ ਪਿੱਛੇ ਜੋ ਕੁਛ ਹੋਇਆ ਔਰ ਜੋ ਮਾਹੌਲ ਐਗਜ਼ੈਕਟਿਵ ਦੇ ਵਿੱਚ, ਪੁਲਿਸ ਦੇ ਵਿੱਚ ਅਤੇ ਐਡਮਿਨਿਸਟ੍ਰੇਸ਼ਨ ਦਾ ਬਣਿਆ ਹੋਇਆ, ਉਹਨੂੰ ਇਸ ਟਿਕਾਣੇ 'ਤੇ ਲਿਆਉਣ ਦੇ ਵਿੱਚ 2.5 ਸਾਲ ਲੱਗ ਗਏ, ਥਿੰਗਸ ਹੈਵ ਬੀਨ ਇੰਪਲੀਮੈਂਟਡ, ਐਂਡ ਜਿਹੜੀ ਚੀਜ਼ ਸਾਨੂੰ ਫਾਇਦਾ ਦੇ ਸਕਦੀ ਹੈ ਅਸੀਂ ਉਹ ਤੋਂ ਕਿਉਂ ਮੁਨਕਰ ਹੋਈਏ, ਗਲਤੀਆਂ, ਲਿਸਨ ਟੂ ਮੀ, ਲਾਸਟ ਥਿੰਗ, ਅਗੇਨ ਆਈ ਐਮ ਸੇਇੰਗ, ਮੈਂ ਪਹਿਲਾਂ ਵੀ ਕਿਹਾ ਸੀਗਾ, ਕੋਈ ਪਰਫੈਕਟ ਨਹੀਂ ਹੁੰਦਾ ਗਾ, ਵੀ ਹੈਵ ਮੇਡ ਮਿਸਟੇਕਸ ਇਨ ਦੀ ਪਾਸਟ, ਵੀ ਆਰ ਸਟਿਲ ਮੇਕਿੰਗ ਸਮ ਮਿਸਟੇਕਸ, ਬਟ ਵੀ ਆਰ ਲਰਨਿੰਗ ਫਰੋਮ ਆਰ ਮਿਸਟੇਕਸ, ਵੀ ਅਸੀਂ ਰੌਲਾ ਨਹੀਂ ਪਾਉਂਦੇ ਇਹਨਾਂ ਵਾਂਗੂ ਕਿ ਗਲਤੀ ਸਾਡੀ ਹੈਗੀ ਆ, ਪਰ ਨਹੀਂ, ਅਸੀਂ ਕਿਵੇਂ ਗਲਤ ਹੋ ਸਕਦੇ, ਆਮ ਆਦਮੀ ਪਾਰਟੀ ਹੈ, ਅਸੀਂ ਕਿਵੇਂ ਗਲਤ ਹੋ ਸਕਦੇ, ਅਸੀਂ ਤਾਂ ਬੀਜੇਪੀ ਹੈ, ਸੋਰੀ, ਹਿਊਮਨ ਬੀਇੰਗਸ ਹੈ ਵੀ ਆ, ਸਾਡੀ ਸੰਸੈਰਿਟੀ ਹੈਗੀ ਹੈ, ਸਾਡਾ ਦਿਲ ਦੁਖਦਾ ਪੰਜਾਬ ਵਾਸਤੇ, ਅਸੀਂ ਪੂਰਾ ਜ਼ੋਰ ਲਾ ਰਹੇ ਹਾਂ, ਸਹਿਯੋਗ ਮਿਲਣਾ ਚਾਹੀਦਾ ਸੀ, ਓਪੋਜੀਸ਼ਨ ਵੀ ਨਹੀਂ ਮਿਲ ਰਹੀ, ਸੋ ਇਸ ਕਰਕੇ ਰੌਲਾ ਪਾਓ ਜਿੰਨਾ ਮਰਜ਼ੀ, ਗਵਰਨਮੈਂਟ ਕੰਮ ਕਰ ਰਹੀ ਹੈ, ਸਾਡੇ 3 ਸਾਲ ਤੁਹਾਨੂੰ ਬਰਦਾਸ਼ਤ ਕਰਨੀ ਪੈਣੀ ਹੈ, ਲੋਕ ਫੈਸਲਾ ਦੇ ਦੇਣਗੇ ਸਾਡੇ 3 ਸਾਲਾਂ ਬਾਅਦ ਵੀ ਅਸੀਂ ਕੰਮ ਕੀਤਾ ਕਿ ਨਹੀਂ। ਹਮੀਰ ਸਿੰਘ ਜੀ, ਹਮੀਰ ਸਿੰਘ ਜੀ, ਜਿਹੜੀ ਸੱਤਾ 'ਤੇ ਰਹਿ ਕੀ ਹੈ ਉਹ ਤਾਂ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਤਾਂ ਕੰਮ ਕਰ ਰਹੇ ਹਾਂ, ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ, ਜਿਹੜੇ ਪਿਛਲੀਆਂ ਸਰਕਾਰਾਂ ਦੇ ਕੀਤੇ ਹੋਏ ਕੰਮ ਆ ਉਹਨਾਂ ਸੁਧਾਰਨ ਵਿੱਚ ਸਾਨੂੰ ਵਕਤ ਲੱਗ ਰਿਹਾ, ਸਿਆਸਤ ਕੋਲ ਇਹ ਰਟਾ ਰਟਾਇਆ ਜਵਾਬ ਹੈਗਾ ਹਮੀਰ ਸਿੰਘ ਜੀ, ਇਹ ਪਿੰਡਾਂ ਵਾਲੇ ਹੁਣ ਜਵਾਬ ਕਿੰਤੋਂ ਜਾ ਕੇ ਮੰਗਣਗੇ? ਇਹ ਹਰ ਸਿਆਸਤ ਕੋਲ ਇਹੀ ਜਵਾਬ ਹੁੰਦਾ ਹਮੇਸ਼ਾ ਹੀ, ਹਰ ਗੌਰਮੈਂਟ ਆਉਂਦੀ ਆ ਉਹ ਇਸੇ 'ਤੇ ਚਲਾਉਣਾ ਚਾਹੁੰਦੀ ਆ, ਪਹਿਲਾਂ ਫਿਰ ਸਿਆਸਤ ਨੂੰ ਕੀ ਹੋ ਜਾਂਦਾ ਜਦੋਂ ਆਉਣਾ ਹੁੰਦਾ ਹੈ, ਅਸਮਾਨੋਂ ਤਾਰੇ ਤੋੜਨ ਲਿਆਉਣ ਵਾਲਾ ਮੈਨੀਫੈਸਟੋ ਬਣਾ ਦਿੰਦੀਆਂ ਨੇ, ਉਦੋਂ ਨਹੀਂ ਦਿਖਾਈ ਦਿੰਦਾ ਕਿ ਸਿਆਸਤ ਨੂੰ ਇਹ ਕਰਨਾ ਪੈਂਦਾ, ਔਰ ਇਹਦੇ ਨਾਲ ਕੀ ਜੁੜਦਾ, ਇਹਦੇ ਨਾਲ ਇਹ ਜੁੜਦਾ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਜਿਹੜੀ ਇੰਪਾਵਰਮੈਂਟ ਆਫ ਪੀਪਲ ਦਾ ਸਵਾਲ ਹੈ, ਕਿਸੇ ਨੂੰ ਖੈਰਾਤ ਨਹੀਂ ਚਾਹੀਦੀ ਹੁੰਦੀ, ਲੋਕਾਂ ਨੂੰ ਤਾਕਤ ਚਾਹੀਦੀ ਹੈ, ਤਾਕਤ ਦੀ ਸ਼ੁਰੂਆਤ ਗ੍ਰਾਮ ਸਭਾ ਤੋਂ ਹੁੰਦੀ ਹੈ, ਇਹ ਕੋਈ ਗ੍ਰਾਮ ਸਭਾ ਅੱਜ ਦੀ ਨਹੀਂ ਹੈ, ਇਹਨੇ ਦਿੱਤੀ ਹੈ, ਸਾਡੇ ਤਾਂ ਇੱਕ ਵਿਰਾਸਤ ਦੇ ਵਿੱਚ ਮਿਲੀ ਹੈ, ਗੁਰੂ ਨਾਨਕ ਸਾਹਿਬ ਨੇ ਸੰਵਾਦ ਦਾ ਪਾਠ ਪੜਾਇਆ ਹੋਇਆ ਇਸ ਧਰਤੀ ਦੇ ਉੱਤੇ, ਵਿਰੋਧੀਆਂ ਨਾਲ ਜਾ ਕੇ ਵੀ ਐਂ ਨਹੀਂ ਲੜੇ ਉਹ ਜਿਵੇਂ ਇੱਥੇ ਅਸੀਂ ਲੜਾਈ ਦਾ ਮਾਹੌਲ ਬਣਾ ਰਹੇ ਹਾਂ, ਉਹਨਾਂ ਨੇ ਕੱਟੜ ਵਿਰੋਧੀਆਂ ਨਾਲ ਜਾ ਕੇ ਕਦੇ ਮੱਕੇ ਜਾ ਕੇ, ਕਦੇ ਹਰਿਦੁਆਰ ਜਾ ਕੇ, ਕਦੇ ਸਿੱਧਾ ਨਾਲ ਜਾ ਕੇ ਗੋਸ਼ਟ ਰਚਾਈਆਂ ਨੇ, ਉਹ ਕਹਿੰਦੇ ਨੇ ਰੋਸ ਨਾ ਕੀਜੇ ਉੱਤਰ ਦੀਜੇ, ਔਰ ਉਹ ਇਹਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੋਲ ਕੋਈ ਆਰਗੂਮੈਂਟ ਚਾਹੀਦਾ, ਕੋਈ ਤੱਥ ਚਾਹੀਦਾ, ਕੋਈ ਸਟੱਡੀ ਚਾਹੀਦੀ ਹੈ ਜਿਹਦੇ ਨਾਲ
ਪੰਜਾਬ ਦੀ ਸਿਆਸਤ, ਪੰਜਾਬ ਦਾ ਇੰਟੈਲੀਜੈਂਸੀ ਆ, ਪੰਜਾਬ ਦਾ ਬਾਕੀ ਲੋਕ, ਸਭ ਤੋਂ ਵੱਡਾ ਸਵਾਲ ਪੰਜਾਬ ਸਾਹਮਣੇ ਅੱਜ ਜੇ ਕੋਈ ਖੜਾ ਹੈ ਉਹ ਹੈ ਬੌਧਿਕਤਾ ਦਾ ਅਤੇ ਸਰੋਕਾਰਾਂ ਦਾ। ਆਮ ਤੌਰ 'ਤੇ ਪਾਸ ਨੇ ਇਹ ਕਿਹਾ ਕਿ ਸਮਾਜਿਕ ਸਰੋਕਾਰਾਂ ਤੋਂ ਸੱਖਣਾ ਬੰਦਾ ਅਨਪੜ੍ਹ ਹੁੰਦਾ, ਚਾਹੇ ਉਹ ਅਧਿਆਪਕ ਵੀ ਕਿਉਂ ਨਾ ਹੋਏ। ਅਸੀਂ ਲੋਕਾਂ ਦੇ ਖੀਸੇ ਕੱਟਣ ਲਈ ਤਿਆਰ ਹਾਂ ਅਤੇ ਲੋਕਾਂ ਨਾਲ ਖੜਨ ਲਈ ਕਿੱਥੇ? ਇਹਦਾ ਮਤਲਬ ਨਵੇਂ ਲੀਡਰ, ਔਰ ਇਹਦਾ ਮਤਲਬ ਮਿਲਣਗੇ। ਮੈਂ ਇਹ ਕਹਿੰਦਾ ਕਿ ਜਿਹਦੇ ਕੋਈ ਪੰਜੀ ਨਹੀਂ ਲੱਗਦੀ, ਡੇਢ ਸਾਲ ਦੇ ਵਿੱਚ ਕਿਸੇ ਪੰਚਾਇਤ ਨੇ ਗ੍ਰਾਮ ਸਭਾ ਬੁਲਾਈ? ਕਾਨੂੰਨ ਇਹ ਕਹਿੰਦਾ ਕਿ ਦੋ ਗ੍ਰਾਮ ਸਭਾਵਾਂ ਰੈਗੂਲਰ ਨਾਮ ਬੁਲਾਉਣ ਵਾਲਾ ਸਰਪੰਚ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ। ਇੱਕ ਵੀ ਸਰਪੰਚ ਸਸਪੈਂਡ ਹੋਇਆ ਜਾਂ ਕੀ ਪੰਚਾਇਤ ਮਿਨਿਸਟਰ ਨੂੰ ਜਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਪੰਚਾਇਤੀ ਰਾਜ ਐਕਟ ਅਜੇ ਤੱਕ ਆਉਂਦਾ ਪੜ੍ਹਿਆ ਉਹਨੇ? ਔਰ ਮੈਂ ਗਰੰਟੀ ਕਰਦਾ ਤਾਂ ਤੁਸੀਂ ਸਾਹਮਣੇ, ਸਭ ਦੇ ਸਾਹਮਣੇ ਜਦੋਂ ਵਿਧਾਨ ਸਭਾ ਦੇ ਵਿੱਚ ਚਰਚਾ ਹੋਏ ਕਿ ਤੁਸੀਂ ਇਸ ਮਾਮਲੇ 'ਚ ਕਰਦੇ ਹੋ, ਮਨਰੇਗਾ ਐਕਟ ਸਭ ਨੇ ਪੜ੍ਹਿਆ, ਜੇ ਪੜ੍ਹਿਆ ਹੋਇਆ ਪੰਜਾਬ ਦੀ ਅਸੈਂਬਲੀ 'ਚੋਂ 117 'ਚੋਂ 100 ਨੇ, 5 ਨੇ ਵੀ ਪੜ੍ਹਿਆ ਹੋਵੇ, 10 ਨੇ ਵੀ ਪੜ੍ਹਿਆ ਹੋਵੇ ਤਾਂ ਮੈਨੂੰ ਦੱਸ ਦੇਣਾ। ਅਸੀਂ ਬੌਧਿਕਤਾ ਦੇ ਪੱਖ ਤੋਂ ਊਣੇ ਹੁੰਦੇ ਜਾ ਰਹੇ ਹਾਂ। ਅਸੀਂ ਲੋਕਾਂ ਪ੍ਰਤੀ ਕਮਿਟਮੈਂਟ ਜਿਹੜੀ ਹੁੰਦੀ ਹੈ ਉਹ ਬੌਧਿਕਤਾ ਵਧਾਉਂਦੀ ਹੈ, ਉਹ ਸੰਵਾਦ 'ਚੋਂ ਬਣਦੀ ਹੈ। ਅਸੀਂ ਕਹਿੰਦੇ ਮੇਰੇ ਕੋਲ ਲਾਇਸੈਂਸ ਹੈ ਜੀ, ਮੈਂ ਸੱਚ ਬੋਲਦਾ, ਦੂਜਾ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਇਹ ਦੱਸਿਆ ਸਾਨੂੰ ਨਾਲ ਕਿ ਸਿਆਣਪ ਦਾ ਲਾਇਸੈਂਸ ਇੱਕ ਬੰਦੇ, ਇੱਕ ਪਾਰਟੀ, ਇੱਕ ਗਰੁੱਪ ਕੋਲ ਨਹੀਂ ਹੁੰਦਾ। ਸਿਆਣਪ ਕਬੀਰ ਕੋਲ ਵੀ ਪਈ ਹੈ, ਰਵਿਦਾਸ ਕੋਲ ਵੀ ਪਈ ਹੈ, ਡਿਫਰੈਂਟ ਟਾਈਪ ਦੇ ਧੰਨਾ ਭਗਤ ਵਰਗੇ ਇੱਕ ਸਿੰਪਲ ਕਿਸਾਨ ਕੋਲ ਵੀ ਪਈ ਹੈ, ਉਹਦੀ ਵੀ ਸੁਣ ਲਓ। ਉਹਨਾਂ ਨੂੰ ਸਭ ਨੂੰ ਇਕੱਠੀ ਕਰੋ, ਇਕੱਠੀ ਕਰਕੇ ਲਿਆਓ ਗ੍ਰਾਮ ਸਭਾ, ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਦੀਆਂ ਸਮੱਸਿਆਵਾਂ ਲਈ, ਕਿਉਂਕਿ ਉਹ ਸੰਗਤ ਦਾ ਰੂਪ ਹੈ। ਇੱਥੇ ਕਿਹਾ ਜਾਂਦਾ ਸੰਗਤ 20 ਵਿਸਵੇ, ਸੰਗਤ 21 ਵਿਸਵੇ, ਗੁਰੂ 20 ਵਿਸਵੇ। ਸੰਗਤ ਨੂੰ ਸਾਡੇ ਇਤਿਹਾਸ ਦੇ ਵਿੱਚ ਗੁਰੂ ਤੋਂ ਵੀ ਵੱਡਾ ਰੁਤਬਾ ਹੈ, ਪਰ ਉਹ ਸੰਗਤ ਅਸੀਂ ਪਾਟੋ ਧਾੜ ਕਰਤੀ। ਐਸੇ ਚੋਣਾਂ ਦੀ ਜੇਕਰ ਮੈਂ ਇੱਕ ਮਿਸਾਲ ਦਿਆਂ, ਚੱਕਰ ਪਿੰਡ ਦੇ 5000 ਦੀ ਵੋਟ ਹੈ, ਉਹਨਾਂ ਲੋਕਾਂ ਨੇ ਇਕੱਠਾ ਫੈਸਲਾ ਕਰ ਲਿਆ ਕਿ ਅਸੀਂ ਕੋਈ ਨਹੀਂ, ਤਾਂ ਸਾਰੀਆਂ ਪਾਰਟੀਆਂ ਦੇ ਬੰਦੇ ਸੀ ਪਿੰਡ ਦੇ। ਉਦੋਂ ਬਾਅਦ ਲਾਸਟ ਡੇਟ ਨੂੰ ਜਾ ਕੇ ਲੋਕਲ ਹਲਕਾ ਇੰਚਾਰਜ ਨੇ ਇੱਕ ਬੰਦਾ ਖੜਾ ਕਰਤਾ, ਰਿਜ਼ਲਟ ਕੀ ਆਏਗਾ ਉਹ ਤਾਂ ਦੱਸੂਗਾ ਹੁਣ ਇਦੋਂ ਬਾਅਦ ਲੋਕਾਂ ਦੇ ਸਾਰੇ ਮਾਮਲੇ ਨੂੰ। ਅਸੀਂ ਲੋਕਾਂ 'ਚ ਫੁੱਟ ਪਾਉਣਾ, ਲੋਕਾਂ ਨੂੰ ਧੜੇਬਾਜ਼ ਬਣਾਉਣਾ ਚਾਹੁੰਦੇ ਹਾਂ, ਨਾ ਕਿ ਲੋਕਾਂ ਨੂੰ ਇਕੱਠੇ ਕਰਕੇ ਆਪਸੀ ਸਹਿਮਤੀ ਨਾਲ ਕੋਈ ਹੱਲ ਕੱਢਣਾ ਚਾਹੁੰਦੇ ਹਾਂ। ਸਰਵਸੰਮਤੀ ਦਾ ਬੂਟਾ ਜਿਹੜਾ ਉਹ ਟੈਟੇਰੀ ਹੁੰਦਾ ਨਜ਼ਰ ਆ ਰਿਹਾ, ਜੋ ਹਮੀਰ ਸਿੰਘ ਹੋਰਾਂ ਨੇ ਗੱਲ ਕਹੀ ਹੈ। ਬਹੁਤ ਧੰਨਵਾਦ ਤੁਹਾਡਾ ਹਮੀਰ ਸਿੰਘ, ਤੁਸੀਂ ਬਹੁਤ ਵੈਲਿਡ ਪੁਆਇੰਟ ਰੱਖੇ ਆ। ਡਾਟ ਪਹਿਲਾਂ ਕਰੋ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਬੜੇ ਵੈਲਿਡ ਪੁਆਇੰਟ ਰੱਖੇ ਆ। ਜਗਤਾਰ ਸਿੰਘ ਜਿਹੜਾ, ਗੁਰਪ੍ਰੀਤ ਸੰਧੂ, ਤੁਸੀਂ ਬੜੇ ਵੈਲਿਡ ਪੁਆਇੰਟ ਰੱਖੇ ਆ। ਤੁਹਾਡੀਆਂ ਸਿਆਸੀ ਮਜਬੂਰੀਆਂ ਵੀ ਹੈਗੀਆਂ, ਜਿਹਦੇ ਕਰਕੇ ਸਾਰੀਆਂ ਦੂਰੀਆਂ ਪੈ ਰਹੀਆਂ ਹੈਗੀਆਂ। ਪੇਂਡੂ ਚੋਣਾਂ 'ਚ ਨਵਾਂ ਕੀ ਅਸੀਂ ਸਵਾਲ ਕੀਤਾ ਸੀਗਾ, ਇਹ ਸਵਾਲ ਦੇ ਜਵਾਬ ਦੇ ਵਿੱਚ ਜਿਹੜੇ 7 ਸਵਾਲ ਅਸੀਂ ਕੀਤੇ ਸੀਗੇ, ਉਹਨਾਂ ਦੇ ਤਕਰੀਬਨ ਹਰ ਸਵਾਲ ਦਾ ਜਵਾਬ ਅਸੀਂ ਲਿੱਤਾ ਹੈਗਾ। ਇਹ ਸਵਾਲ ਦੇ ਜਵਾਬ ਦੇ ਵਿੱਚ ਇੱਕ ਸ਼ਬਦ ਆ ਜਿਹੜਾ ਉਹ ਸਾਹਮਣੇ ਆਉਂਦਾ, ਸੰਵਾਦ। ਜਦੋਂ ਸੰਵਾਦ ਖਤਮ, ਸਭ ਕੁਝ ਖਤਮ। ਇਸ ਕਰਕੇ ਸੰਵਾਦ ਰਚਾਓ, ਇਹਨਾਂ ਨੂੰ ਪੁੱਛੋ ਸਵਾਲ। ਜੇ ਤੁਸੀਂ ਸਵਾਲ ਪੁੱਛਣੇ ਬੰਦ ਕਰ ਦੋਗੇ ਫਿਰ ਇਹਨਾਂ ਨੂੰ ਤਾਂ ਸੂਟ ਕਰਦਾ ਹੀ ਹੈ ਸਭ ਕੁਝ। ਇਹ ਪੋਲੀਟੀਕਲ ਪਾਰਟੀਜ਼ ਆਪਣਾ ਆਪਣਾ ਏਜੰਡਾ ਸੈੱਟ ਕਰਦੀਆਂ ਪਈਆਂ, ਤੁਸੀਂ ਆਪਣਾ ਏਜੰਡਾ ਸੈੱਟ ਕਰੋ। ਇਹਨਾਂ ਨੂੰ ਵੋਟ ਦੇਣੀ ਕਿਉਂ ਆ? ਅਗਲੀ ਵਾਰ ਵੀ ਆਉਣਗੇ ਤੁਹਾਡੇ ਤੋਂ ਵੋਟਾਂ ਮੰਗਣ, ਉਦੋਂ ਧਿਆਨ ਰੱਖਿਓ, ਪੁੱਛਿਓ ਸਾਡਾ ਕੀ ਸਵਾਲ ਹੈ। ਬਹੁਤ ਧੰਨਵਾਦ।